अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरबिंद जिसमें अमृत ज्ञान है मानक भगत वैराग श्री गुरु ग्रंथ साहिब उदल बंदों कर अनुराग श्री गुरु शब्द कमाई दिना जीते पंच विकार तिन संतन को वंदना चरणन पर तार एकम करा सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए सतनाम श्री वाहे गुरु साहिब जी दोहरा पुन नो रंग बिच सभा के बोलियो बिस्मै होए अद्भुत गत को करत है जानी जाए न कोए पुन नो रंग बिच सभा के वाहिगुरु जी का खालसा वाहिगुरु जी की फतेह परम सम्मान योग चवर सदर तख्त दे मालक गुरता गद्दी दे तख्त ते सबाए मान प्रगट गुरां की देह प्रताख हार धन धन सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर हाजरियां भर के लाहा प्राप्त कर रहे गुरु प्यारे खालसा सत संगत जी धन धन श्री गुरु तेग बहादुर साहिब महाराज धर्म रखियक देख देख दे धनी सतगुरु शांत स्वरूप तिना सतगुरां दे पवित्र तप स्थान गुरुद्वारा श्री भोरा साहिब जी की यात्रा करन दा महाराज साहिब दे पवित्र बंदगी स्थानां दे दर्शन दारे करके सेवावां द्वारा कथा कीर्तन द्वारा हाजरियां भरन दा आपां नूं जो इस भाग समां प्राप्त हो रहा है ये गुरु तेग बहादुर साहिब महाराज जी ने साढ़े ते बहुत ही तरस किया जो अपने चरणों में बैठन का समां सानूं बख्शिया है महाराज साहिब गुरु हरि साहिब जी के जीवन की कथा आपां सुन रहे हैं लड़ीवार दीवाना में पिछले समय आप जी ने साखी सरवण की है कि बाबा राम राय जी जो गुरु हरि साहिब की आग्ञा पा के दिल्ली विच गए ने जे दिल्ली विच आया भी औरंगजेब कई तरह करके हानि करना चाहता है गुरु नानक साहिब के कारण नीवा विखाना चाहता पर बाबा राम राय जी दे अगे कोई ना औरंगजेब दी ते ना है उहदे वड्डे वड्डे विद्वाना अफसरां दी कोई पेश जांदी है जो कहिंदे ने उह करके विखा दिंदे हन जिवें बकरा साबक बना के विखाता फिर जहरीली पोशाक पहनाई बड़ा सोहना चोला बना के जहर ला के दस्तार नूं जहर ला के औरंगजेब ने भेजिया ਵੀ ਜੇ ਤੇ ਹੋਊਗੀ ਅਜ਼ਮਤ ਬਚ ਜਾਣਗੇ ਨਹੀਂ ਤਾਂ ਰਾਮ ਰਾਏ ਮਰ ਜਾਏਗਾ ਅਤੇ
जिहड़े बंदे नूं भेजिया नूं कहिंदे वी तूं अपने कोल सामणे पवा के ते बिठा के रखना वी वेखणा असर हुंदा कि नहीं जहर दा। ਇਹ ਨਾ ਹੋਵੇ ਵੀ ਸੱਜੇ ਖੱਬੇ ਹੋ ਕੇ ਧੋ ਦੇਣ ਨੂੰ ਗਿਆ ਹੈ ਦੂਤ ਰਾਮ ਰਾਏ ਨੂੰ ਬਾਦਸ਼ਾਹ ਵੱਲੋਂ ਬਹੁਤ ਸਿਫਤ ਦੇ ਬਚਨ ਕਹੇ ਆ ਦਸਤਾਰ ਆ ਪੁਸ਼ਾਕ ਕਮਰ ਕੱਸਾ ਪਹਿਨੋ ਆਪ ਜੀ। ਰਾਮ ਰਾਏ ਜੀ ਕੁਟਲਤਾ ਹੀ ਜਾਣਗੇ ਵੀ ਇਹ ਬਿਨਾਂ ਮਿਲਿਆ ਹੀ ਸਾਡੀਆਂ ਪਰਖਾਂ ਕਰੀ ਜਾਂਦਾ ਅਤੇ ਜਿਵੇਂ ਖਿੜੂ ਖਿੜੂ ਕਰਦਾ ਚਿਹਰਾ ਸੀ ਪਹਿਲੇ ਉਸੇ ਤਰ੍ਹਾਂ ਹੀ ਹੱਸਦੇ ਹਾਂ ਮੁਸਕਰਾਉਂਦੇ ਹਾਂ ਆਨੰਦ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਦਾ ਧਿਆਨ ਧਰ ਕੇ ਬਾਦਸ਼ਾਹ ਦੀ ਜ਼ਹਿਰੀਲੀ ਪੁਸ਼ਾਕ ਪਾ ਲਈ ਦਸਤਾਰ ਸਜਾ ਲਈ ਅਤੇ 3 ਘੰਟੇ ਤੀਕ ਉਹ ਬੈਠਾ ਰਿਹਾ ਦੂਤ ਵੇਖਣ ਵਾਸਤੇ ਵੀ ਰਾਮ ਰਾਏ ਜੀ ਨੂੰ ਜ਼ਹਿਰ ਚੜ੍ਹਦਾ ਹੈ ਕਿ ਨਹੀਂ ਚੜ੍ਹਦਾ। ਪਰ ਕੋਈ ਅਸਰ ਨਹੀਂ ਹੋਇਆ ਕਿਉਂਕਿ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਜ਼ਹਿਰ ਉਤਰ ਜਾਂਦੀ ਹੈ ਉਹਨਾਂ ਨੂੰ ਜ਼ਹਿਰ ਕੀ ਕਹਿ ਸਕਦੀ ਸੀ। ਰਾਮ ਰਾਏ ਜੀ ਆਨੰਦ 'ਚ ਬੈਠੇ ਰਹੇ, ਬਾਦਸ਼ਾਹ ਨੂੰ ਆ ਕੇ ਗੱਲ ਦੱਸੀ, ਬੜਾ ਹੈਰਾਨ ਹੋਇਆ ਵੀ ਐਸੀ ਕੀ ਕਲਾ ਹੈ ਉਹਨਾਂ ਦੇ ਵਿੱਚ। ਫਿਰ ਕਾਜੀ ਮੁਲਾਣਿਆਂ ਦੀ ਮੀਟਿੰਗ ਸੱਦੀ ਵੀ ਇਹ ਕੀ ਕਾਰਨ ਹੈ। ਉਹਨਾਂ ਆਖਿਆ ਵੀ ਜਾਦੂ ਹੈ, ਇਹ ਜਾਦੂ ਕਰ ਦਿੰਦਾ ਹੈ ਕੋਈ ਨਾ ਕੋਈ। ਫਿਰ ਕਹਿੰਦੇ ਕਿਵੇਂ ਆਪਣੀ ਮਾਰ ਥੱਲੇ ਆਵੇ, ਕਹਿੰਦੇ ਵੀ ਇਹਨਾਂ ਦਾ ਧਰਮ ਭ੍ਰਿਸ਼ਟ ਕਰ ਦਈਏ। ਰਾਮ ਰਾਏ ਦਾ ਧਰਮ ਕਿਵੇਂ ਭ੍ਰਿਸ਼ਟ ਹੋਵੇ ਬਾਦਸ਼ਾਹ ਨੇ ਪੁੱਛਿਆ। ਕਹਿੰਦੇ ਜੀ ਧਰਮ ਭ੍ਰਿਸ਼ਟ ਹੋਊਗਾ ਇੱਕ ਤਾਂ ਇਹਨਾਂ ਨੂੰ ਗਊ ਮਾਸ ਖਵਾਈਏ, ਫਿਰ ਉਹਦੇ ਵਿੱਚ ਕਲਮਾ ਪੜ੍ਹ ਕੇ, ਅਤੇ ਦੂਸਰਾ ਕੋਈ ਇਹ ਜੋ ਹੁੱਕਾ ਯਾਦਕ ਹੈ ਇਹ ਮਿਲਾ ਕੇ ਖਵਾ ਦਈਏ, ਇਹਦੇ ਨਾਲ ਉਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਏਗਾ। ਰਾਮ ਰਾਏ ਜੀ ਦੇ ਕੋਲ ਦੂਤ ਆਇਆ, ਆ ਕੇ ਬੜੀਆਂ ਸਿਫਤਾਂ ਕੀਤੀਆਂ। ਬਾਦਸ਼ਾਹ ਕਹਿੰਦਾ ਹੈ ਤੁਹਾਡਾ ਘਰ ਬਹੁਤ ਵਧੀਆ ਗੁਰੂ ਨਾਨਕ ਦੇਵ ਸਾਹਿਬ ਦਾ, ਤੁਸੀਂ ਹਿੰਦੂਆਂ ਦੇ ਮੁਸਲਮਾਨਾਂ ਨੂੰ ਇੱਕੋ ਜਿਹੇ ਹੀ ਮੰਨਦੇ ਹੋ। ਬੜਾ ਖੁਸ਼ ਹੈ ਬਾਦਸ਼ਾਹ, ਬੜੀ ਸ਼ਰਧਾ ਰੱਖਦਾ ਇਹਦਾ, ਤੁਹਾਡੇ ਲਈ ਭੋਜਨ ਭੇਜਿਆ ਸ਼ਕੋ। ਰਾਮ ਰਾਏ ਜੀ ਕਹਿੰਦੇ ਰੱਖਦੇ ਅੱਗੇ ਢੱਕਣ ਖੋਲ੍ਹ ਵੇਖੀਏ ਕੀ ਹੈ। ਜਦੋਂ ਢੱਕਣ ਖੋਲ੍ਹਿਆ ਦੇ ਵਿੱਚੋਂ ਫੁੱਲ ਅਤੇ ਕਲੀਆਂ ਨਿਕਲੀਆਂ, ਵੇਖ ਕੇ ਹੈਰਾਨ ਹੋਇਆ। ਰਾਮ ਰਾਏ ਜੀ ਕਹਿੰਦੇ ਆਹ ਸ਼ਕਣ ਲਈ ਭੇਜਿਆ ਔਰੰਗਜ਼ੇਬ ਨੇ, ਜਾਂ ਸਾਡੇ ਵੱਲੋਂ ਲੈ ਜਾ ਭੇਟਾ ਕਰਦੇ ਉਹਨੂੰ। ਬਾਦਸ਼ਾਹ ਨੂੰ ਜਾ ਕੇ ਭੇਟਾ ਕੀਤੀਆਂ ਕਲੀਆਂ ਫੁੱਲ ਵੇਖ ਕਰਕੇ ਔਰੰਗਜ਼ੇਬ ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਸਾਡੇ ਉਹ ਕਿਸੇ ਗੱਲ ਥੱਲੇ ਕਿਸੇ ਮਾਰ ਥੱਲੇ ਨਹੀਂ ਰਾਮ ਰਾਏ ਆਉਂਦਾ, ਜੋ ਅਸੀਂ ਕਰਦੇ ਹਾਂ ਉੱਤੋਂ ਹੋ ਕਰਕੇ ਸਾਨੂੰ ਪੈਂਦਾ ਹੈ। ਇਸ ਤਰ੍ਹਾਂ ਸੋਚ ਕਰਕੇ ਜਿਹੜਾ ਔਰੰਗਜ਼ੇਬ ਹੈ ਕਈ ਤਰ੍ਹਾਂ ਦੀਆਂ ਸਲਾਹਾਂ ਕਰਦਾ ਏ। ਉਹਦੇ ਸਾਥੀਆਂ ਨੇ ਵੀ ਦੱਸਿਆ ਵੀ ਇਹ ਗੁਰੂ ਨਾਨਕ ਦੇਵ ਦੇ ਘਰ ਵਿੱਚ ਇਹ ਇੱਦਾਂ ਹੀ ਵੀ ਕਲਾ ਵਰਤਦੀ ਰਹੀ ਹੈ, ਜਾਦੂ ਜਿਹਾ ਕਰਕੇ ਇਹਨਾਂ ਨੇ ਮੱਕਾ ਵੀ ਘੁਮਾਤਾ ਸੀ ਉੱਥੇ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਨੇ, ਅਤੇ ਹੋਰ ਵੀ ਕਈ ਪ੍ਰਕਾਰ ਦੇ ਨਾਲ ਲੋਕਾਂ ਨੂੰ ਵੱਸ ਕਰ ਲੈਂਦੇ। ਇਸ ਕਰਕੇ ਯਤਨ ਕਰੀਏ ਵੀ ਰਾਮ ਰਾਏ ਆਪਣੇ ਵੱਸ ਆ ਜਾਵੇ ਅਤੇ ਸਾਰੇ ਹਿੰਦੂ ਵੀ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਇੱਦਾਂ ਦਾ ਬੜਾ ਵਿਚਾਰੇ ਤਰਲੇ ਕੱਢਦੇ ਆ, ਪਰ ਬਾਬਾ ਰਾਮ ਰਾਏ ਜੀ ਦੇ ਅੱਗੇ ਇਹਨਾਂ ਦਾ ਕੋਈ ਵੱਸ ਨਹੀਂ ਚੱਲਦਾ। ਇੱਥੋਂ ਦੀ ਕਰਾਪਾਂ ਸਾਖੀ ਕੱਲ੍ਹ ਸੁਣੀ ਹੈ ਤੋਂ ਅੱਗੇ ਜਿਵੇਂ ਹੋਰ ਰਾਮ ਰਾਏ ਜੀ ਦੇ ਨਾਲ ਇਹ ਕਪੜ ਛਲ ਕਰਦੇ ਹਨ, ਪਰ ਬਾਬਾ ਰਾਮ ਰਾਏ ਜੀ ਸਦਾ ਆਨੰਦ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਲਾਮਤ ਨਿਕਲਦੇ ਨੇ ਹਰ ਮੁਸ਼ਕਲ ਤੋਂ। ਇਹ ਸਾਖੀ ਆਪਾਂ ਅੱਜ ਸਰਵਣ ਕਰਾਂਗੇ ਵੀ ਕਿਵੇਂ ਰਾਮ ਰਾਏ ਜੀ ਨੂੰ ਖੂਹ ਦੇ ਉੱਤੇ ਬਿਠਾਉਣਾ ਚਾਹਿਆ ਕਪੜ ਨਾਲ, ਵੀ ਡਿੱਗ ਕੇ ਮਰ ਜਾਣਗੇ, ਅਤੇ ਫਿਰ ਮੱਕੇ ਦੇ ਕਾਬੇ ਦੇ ਫਲ ਬਾਦਸ਼ਾਹ ਨੂੰ ਰਾਮ ਰਾਏ ਜੀ ਨੇ ਲਿਆ ਕਰਕੇ ਵਿਖਾਏ ਨੇ। ਇਹ ਸਾਖੀ ਸੁਣਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ 7ਵੇਂ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਰੋ ਧਿਆਨ, ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ ਵਿੱਚ ਸਭਾ ਕੇ। ਜਦੋਂ ਬਾਬਾ ਰਾਮ ਰਾਏ ਜੀ ਨੇ ਮਾਸ ਦੇ ਫੁੱਲ ਬਣਾ ਕੇ ਵਿਖਾ ਤੇ, ਦੂਤ ਨੇ ਆ ਕੇ ਦਰੋਗੇ ਨੇ ਦੱਸਿਆ ਵੀ ਆਹ ਗੱਲ ਬਣੀ ਵੀ ਮੇਰੇ ਵਹਿੰਦੇ ਹੀ ਉਹਨਾਂ ਨੇ ਸਾਰਾ ਕੁਝ ਕਰਤਾ, ਹੱਥ ਵੀ ਨਹੀਂ ਲਾਇਆ ਆਪ ਭਾਂਡੇ ਨੂੰ, ਤੇ ਕਹਿੰਦੇ ਵੀ ਨਿਵਣ ਦੀ ਥਾਂ ਤੇ ਹੰਕਾਰੀ ਔਰੰਗਜ਼ੇਬ ਬਾਦਸ਼ਾਹ ਚਾਹੀਦਾ ਸੀ ਝੁਕਣਾ, ਪਰ ਕਹਿੰਦਾ ਇਹ ਇਉਂ ਲੱਗਦਾ ਵੀ ਉਹਨਾਂ 'ਚ ਕੋਈ ਜਾਦੂ ਹੈ।
कोई टूणा कर देंगे जां कदे शक्ति होएगी। इस दी परख करन लई नुरंग ने सभा दे विच इस तरह कहना कीता अपने मंत्रियां नूं वजीरां नूं आलम फाजल जिहड़े वड्डे वड्डे रखे हुए विद्वान सन ਉਹਨਾਂ ਸਾਰਿਆਂ ਦੇ ਨਾਲ ਔਰੰਗਜ਼ੇਬ ਬੋਲਿਆ ਏ ਬੋਲਿਓ ਬਿਸਮੈ ਹੋਏ ਬੋਲਣ ਲੱਗਿਆ ਬੜਾ ਬਿਸਮੇ ਹੈਰਾਨ ਪਰੇਸ਼ਾਨ ਹੈ ਤੇ ਬਹੁਤ ਅਚਰਜਤਾਈ ਦੇ ਹੈਰਾਨੀ ਦੇ ਨਾਲ ਕਹਿਣ ਲੱਗਾ ਅਦਭੁਤ ਗਤ ਕੋ ਕਰਤ ਹੈ ਅਦਭੁਤ ਗਤ ਕੋ ਕਰਤ ਹੈ ਕਹਿੰਦੇ ਵੇਖੋ ਕਾਜੀ ਮਲਾਣੀਆ ਨੂੰ ਕਹਿੰਦਾ ਵੀ ਰਾਮ ਰਾਏ ਗੁਰੂ ਹਰਿ ਸਾਹਿਬ ਜੀ ਦੇ ਜਿਹੜੇ ਪੁੱਤਰ ਨੇ ਕਮਾਲ ਹੀ ਹੈ ਵੀ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਉਹ ਉਲਟਾ ਸਾਨੂੰ ਉੱਪਰ ਦੀ ਪੈਂਦੇ ਹਨ ਹੋ ਕੇ ਅਦਭੁਤ ਜਿਹੜੀ ਗੱਲ ਕੋਈ ਆਮ ਨਾ ਹੋਵੇ ਬਹੁਤ ਹੀ ਖਾਸ ਹੈਰਾਨ ਤੋਂ ਹੈਰਾਨ ਕਰਨ ਵਾਲੀ ਹਾਲਤ ਹੈਰਾਨ ਤੋਂ ਹੈਰਾਨ ਕਰਨ ਵਾਲੀ ਗੱਲ ਰਾਮ ਰਾਏ ਜੀ ਕਰਕੇ ਵਿਖਾ ਦਿੰਦੇ ਨੇ ਜਾਣੀ ਜਾਏ ਨਾ ਕੋਈ ਪਰ ਸਾਡੇ ਕੋਲ ਨਹੀਂ ਜਾਣਿਆ ਜਾਂਦਾ ਵੀ ਕਰਦੇ ਕੀ ਆ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਇਹ ਸਭ ਕੁਝ ਕਰਦੇ ਕਿਵੇਂ ਆ ਇਹ ਸਾਡੀ ਸਮਝ ਵਿੱਚ ਨਹੀਂ ਆਉਂਦੀ ਚੌਪਾਈ ਜਸ ਜਸ ਕਪਟ ਹਮੋਨੇ ਠਾਨਾ ਰਾਮ ਰਾਏ ਜੀ ਦੇ ਬਾਬਤ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਹੈ ਕਾਜੀ ਮਲਾਣਿਆਂ ਨੂੰ ਵੀ ਵੇਖੋ ਜਦੋਂ ਜਦੋਂ ਵੀ ਆਪਾਂ ਕਪਟ ਕੀਤਾ ਜਦੋਂ ਜਦੋਂ ਵੀ ਆਪਾਂ ਕੋਈ ਛਲ ਫਰੇਬ ਕਰਕੇ ਰਾਮ ਰਾਏ ਨੂੰ ਠੱਗਣਾ ਚਾਹਿਆ ਦਗਾ ਦੇਣਾ ਚਾਹਿਆ ਕਰਾਮਾਤ ਤੇ ਸਭ ਕੁਛ ਜਾਣਾ ਉਹ ਕਰਾਮਾਤ ਦੇ ਵਿੱਚ ਪੂਰਨ ਹੈ ਰਾਮ ਰਾਏ ਜੀ ਉਹਨਾਂ ਨੇ ਸਭ ਕੁਝ ਪਹਿਲਾਂ ਹੀ ਜਾਣ ਲਿਆ ਸਾਡੀ ਕੋਈ ਵੀ ਚਾਲ ਕਾਮਯਾਬ ਹੀ ਨਹੀਂ ਹੋਈ ਤਤ ਛਿਨ ਸੁਗਮ ਕਰੇ ਦਿਖ ਰਾਈ ਤਤ ਛਿਨ ਹੁੰਦਾ ਵੀ ਉਸੇ ਵੇਲੇ ਹੀ ਫਿਰ ਸੁਗਮ ਹੁੰਦਾ ਵੀ ਸੌਖਾ ਹੀ ਵੀ ਇੱਕ ਉਸੇ ਵੇਲੇ ਦੇ ਇੱਕ ਸੌਖੇ ਆ ਕੋਈ ਮੁਸ਼ਕਲ ਨਹੀਂ ਆਉਂਦੀ ਰਾਮ ਰਾਏ ਜੀ ਨੂੰ ਕੋਈ ਵੀ ਕਰਾਮਾਤ ਵਿਖਾਉਂਦੇ ਹਾਂ ਕੋਈ ਵੀ ਕੰਮ ਕਰਦੇ ਹਾਂ ਕਰ ਵੀ ਝੱਟ ਹੀ ਦਿੰਦੇ ਨੇ ਤੇ ਕਰ ਵੀ ਬੜਾ ਸੁਖੈਣ ਸੌਖੇ ਦਿੰਦੇ ਹਨ ਆਪ ਜਿਸ ਕੋਲ ਨਿਕਟ ਬੁਲਾਈ ਇਸ ਕਰਕੇ ਹੁਣ ਆਪਾਂ ਨੂੰ ਚਾਹੀਦਾ ਵੀ ਠੀਕ ਵੇਖ ਲਿਆ ਵੀ ਉਹਨਾਂ 'ਚ ਕਰਾਮਾਤ ਹੈ ਆਪਾਂ ਇੱਥੇ ਸਭਾ ਵਿੱਚ ਬੁਲਾ ਲਈਏ ਆਪਣੇ ਕੋਲ ਦੀਵਾਨ ਦੇ ਵਿੱਚ ਸੱਦਣਾ ਕਰੀਏ ਕਰ ਸਨਮਾਨ ਸਮੀਪ ਬਿਠਾਵੈ ਔਰੰਗਜ਼ੇਬ ਕਹਿੰਦਾ ਵੀ ਰਾਮ ਰਾਏ ਜੀ ਦਾ ਸਨਮਾਨ ਕਰਕੇ ਤੇ ਉਹਨਾਂ ਦਾ ਸਤਿਕਾਰ ਕਰਕੇ ਆਪਣੇ ਕੋਲ ਹੁਣ ਸਭਾ ਦੇ ਵਿੱਚ ਆਪਣੇ ਨੇੜੇ ਬਿਠਾਈਏ ਹਿੱਤ ਸੋ ਬਾਕਨ ਕਹਿ ਕਹਾਵੈ ਤੇ ਹਿੱਤ ਦੇ ਪ੍ਰੇਮ ਪਿਆਰ ਦੇ ਵਚਨ ਰਾਮ ਰਾਏ ਦੇ ਨਾਲ ਕੁਝ ਆਪਾਂ ਕਹੀਏ ਕੁਝ ਉਹਦੇ ਕੋਲੋਂ ਆਪਣੇ ਪ੍ਰਤੀ ਕਹਾ ਲਈਏ ਪ੍ਰੇਮ ਵਿਖਾ ਕੇ ਕਾਨੋ ਪਰਖ ਨਾ ਪਰ ਉਪਾਈ ਪਰ ਇਹਦੇ ਵਿੱਚ ਫੇਰ ਵੇਖ ਲਓ ਔਰੰਗਜ਼ੇਬ ਜਿਹੜਾ ਹੈ ਮਨ ਵਿੱਚ ਕਪਟ ਆ ਗਿਆ ਕਹਿੰਦਾ ਵੀ ਠੀਕ ਬੁਲਾ ਦੇ ਲਈਏ ਸਭਾ ਦੇ ਵਿੱਚ ਪਰ ਇਹਦੇ ਵਾਸਤੇ ਵੀ ਕੋਈ ਯਤਨ ਕਰੋ ਇਹਦੇ ਵਾਸਤੇ ਵੀ ਹੋਰ ਪਰਖ ਕਰਨ ਦੇ ਲਈ ਕੋਈ ਨਾ ਕੋਈ ਉਪਾਅ ਹੀਲਾ ਵਸੀਲਾ ਕਰੋ ਵੀ ਜਦੋਂ ਸਭਾ ਵਿੱਚ ਆਉਣ ਉਦੋਂ ਵੀ ਉਹਨਾਂ ਦੀ ਪਰਖ ਹੋ ਹੀ ਜਾਵੇ ਕਰਾਮਾਤ ਕੀ ਪੂਰਨਤਾਈ ਤੇ ਵੇਖ ਲੈਨੇ ਵੀ ਕਰਾਮਾਤ ਜੋ ਉਹਨਾਂ ਦੇ ਵਿੱਚ ਕਿੰਨੀ ਕੁ ਪੂਰਨ ਹੈ ਕਿੰਨੀਆਂ ਕੁ ਸ਼ਕਤੀਆਂ ਦੇ ਮਾਲਕ ਹਨ ਮਿਲਦਿਓ ਵੀ ਇਸ ਕੋ ਪਤਿਆਵੈ ਇਸ ਗੱਲ ਨੂੰ ਮਿਲਣ ਸਮੇਂ ਵੀ ਪਤਿਆਵਾ ਲਈਏ ਵੀ ਕਈ ਵਾਰ ਹੁੰਦਾ ਵੀ ਇੱਕ ਦੋ ਸ਼ਕਤੀਆਂ ਕੋਈ ਉਹਨਾਂ 'ਚ ਹੋਣ ਤੇ ਵਿਖਾ ਦਿੱਤੀਆਂ ਸਾਨੂੰ ਪਰ ਹੁਣ ਆਪਾਂ ਉਹਨਾਂ ਨੂੰ ਸਭਾ 'ਚ ਬੁਲਾ ਕੇ ਮੇਲ ਕਰੀਏ ਤੇ ਮਿਲਦੇ ਸਮੇਂ ਵੀ ਉਹਨਾਂ ਦੀ ਪਰਖ ਕਰੀਏ ਵੀ ਕਿੱਡੀ ਕੁ ਵੱਡੀ ਉਹਨਾਂ ਦੇ ਵਿੱਚ ਸ਼ਕਤੀ ਕਰਾਮਾਤ ਕੰਮ ਕਰਦੀ ਏ ਨਿਕਟ ਆਪਣੇ ਪਿਖ ਬਿਸਮਾਵੈ ਕਹਿੰਦੇ ਵੀ ਉਹਨੂੰ ਆਪਣੇ ਨਿਕਟ ਬੁਲਾ ਕਰਕੇ ਵੇਖ ਕਰਕੇ ਰਾਮ ਰਾਏ ਜੀ ਨੂੰ ਸਾਹਮਣੇ ਵੇਖੀਏ ਵੀ ਇਹ ਕਰਦੇ ਕਿੱਦਾਂ ਹੈ ਪਹਿਲਾਂ ਦੇ ਆਪਾਂ ਸੁਣਿਆ ਹੀ ਹਾਂ ਹੁਣ ਆਪਣੇ ਕੋਲ ਬੁਲਾ ਕੇ ਆਪਣੇ ਸਾਹਮਣੇ ਬਿਠਾ ਕੇ ਵੇਖੀਏ ਵੀ ਵਾਕਈ ਸਾਨੂੰ ਹੈਰਾਨ ਕਰਨ ਵਾਲਾ ਕੰਮ ਕਰਦੇ ਜਾਂ ਨਹੀਂ ਕਰਦੇ ਕਰੇ ਕੌਣ ਬਿਦ ਜੋ ਬਤਲਾਵਾ ਇਸ ਕਰਕੇ ਔਰੰਗਜ਼ੇਬ ਆਪਣੇ ਸਲਾਹਕਾਰਾਂ ਨੂੰ ਕਹਿੰਦਾ ਵੀ ਇਹ ਦੱਸੋ ਵੀ ਕਿਹੜੀ ਵਿਧੀ ਦੇ ਨਾਲ ਪਰਖ ਕਰੀਏ ਰਾਮ ਰਾਏ ਦੀ ਵੀ ਸਭਾ ਵਿੱਚ ਆਉਂਦੇ ਹੀ ਉਹਦੀ ਪਰਖ ਹੋ ਜਾਵੇ ਉਹਦੀ ਕਰਾਮਾਤ ਵੇਖੀ ਜਾਵੇ ਕੀ ਕਰੀਏ ਇਸ ਵਾਸਤੇ ਜਿਸ ਅਸਮੰਜਸ ਹੋਏ ਜਨਾਵਾ ਹਾਂ ਜਿਸ ਵਿੱਚ ਰਾਮ ਰਾਏ ਨੂੰ ਅਸਮੰਜਸ ਹੁੰਦਾ ਵੀ ਅਣਬਣ ਜੀ ਹੋ ਜੇ ਘਾਬਰ ਜਾਵੇ ਵੇਖ ਕੇ ਜਾਂ ਜਿਹੜਾ ਕੰਮ ਰਾਮ ਰਾਏ ਜੀ ਨੂੰ ਔਖਾ ਲੱਗੇ ਇਹੋ ਜਿਹੀ ਕੋਈ ਪਰਖ ਕਰੀਏ ਵੀ ਦੀਵਾਨ ਵਿੱਚ ਆਪਾਂ ਦਾ ਮਾਣ ਸਨਮਾਨ ਕਰੀਏ ਪੂਰਾ ਪਰ ਮਾਣ ਸਨਮਾਨ ਦੇ ਵਿੱਚ ਹੀ ਕਪੜ ਜਿਹਾ ਰੱਖੀਏ
ਵੀ ਉਹਦੇ ਵਿੱਚ ਪਰਖ ਕਰ ਲਈਏ ਕਰਾ ਮਾਰਦੀ ਦੇ ਜਿਚ ਰਾਮ ਰਾਏ ਵੀ ਘਾਬਰ ਜਾਵੇ। ਸੁਣ ਮੁੱਲਾ ਬੋਲਿਓ ਤਿਸ ਕਾਲਾ, ਜਿਹੜੇ ਮੁੱਲਾ ਮੁਲਾਣੇ ਪਾਸ ਬੈਠੇ ਸਨ ਔਰੰਗਜ਼ੇਬ ਕੋਲੋਂ ਸੁਣ ਕੇ ਕਹਿਣ ਲੱਗੇ, ਇੱਕ ਉਪਾਉ ਮੈਂ ਕਹੂੰ ਸੁਖਾਲਾ। ਕਹਿਣ ਲੱਗੇ, ਹੇ ਔਰੰਗਜ਼ੇਬ ਜੀ, ਇੱਕ ਮੈਂ ਯਤਨ ਦੱਸਦਾ, ਇੱਕ ਹੈ ਵੀ ਬੜਾ ਸੌਖਾ ਹੀ ਹੈ, ਉਹਦੇ ਲਈ ਆਪਾਂ ਨੂੰ ਕੋਈ ਬਹੁਤਾ ਯਤਨ ਵੀ ਕਰਨਾ ਨਹੀਂ ਪਊਗਾ। ਇੱਕ ਪਰਖਣ ਵਾਸਤੇ ਆਪਾਂ ਜੁਗਤੀ ਬਣਾਉਂਦੇ ਹਾਂ, ਜਦੋਂ ਰਾਮ ਰਾਏ ਨੂੰ ਸਭਾ ਵਿੱਚ ਬੁਲਾਵਾਂਗੇ। ਕਹਿ ਤੋਂ ਅਜ਼ਮਤ ਲਿਓ ਪੱਤੀ ਆਏ, ਹਾਂ ਫਿਰ ਵੇਖ ਲਿਓ ਵੀ ਜਦੋਂ ਆਪਾਂ ਜੁਗਤੀ ਵਰਤੀ ਵੀ ਉਹਨਾਂ 'ਚ ਸ਼ਕਤੀ ਜਿਹੜੀ ਹੈ ਕਰਾਮਾਤ ਸਾਹਮਣੇ ਪਤਿਆਵਾ ਕਰਕੇ ਵੇਖ ਲਾਂਗੇ ਵੀ ਵਾਕਈ ਰਾਮ ਰਾਏ ਕਰਾਮਾਤੀ ਹੈ, ਸ਼ਕਤੀਆਂ ਦਾ ਮਾਲਕ ਹੈ। ਨਾਹੇ ਤਾਂ ਮਰ ਹੈ ਸੋ ਗਿਰ ਜਾਏ, ਜੇ ਤਾਂ ਹੋਈ ਕਰਾਮਾਤ ਤਾਂ ਰਾਮ ਰਾਏ ਜਾਊਗਾ ਬਾਅਦ, ਤੇ ਜੇ ਕਰਾਮਾਤ ਨਾ ਵਿਖਾ ਸਕਿਆ ਨਾਹੇ ਤਾਂ ਮਰ ਹੈ ਸੋ ਗਿਰ ਜਾਏ। ਤੇ ਕਹਿੰਦੇ ਵੀ ਫਿਰ ਡਿੱਗ ਕਰਕੇ ਉਹ ਮਰ ਜਾਊਗਾ, ਆਪਣੀ ਜਾਨ ਗਵਾ ਬਵੇਗਾ। ਸੁੰਦਰ ਕੂਪ ਨਿਕਟ ਚੱਲ ਜਾਈਏ, ਉਹ ਜੁਗ ਤੇ ਹੈ ਵੀ ਜਿੱਥੇ ਤੁਹਾਡਾ ਇੱਥੇ ਬਾਗ ਬਗੀਚੇ 'ਚ ਸੋਹਣਾ ਖੂਹ ਬਣਿਆ ਹੋਇਆ ਨਾ, ਉਹਦੇ ਨੇੜੇ ਸਭਾ ਲਾਈਏ। ਇੱਥੇ ਜਿੱਥੇ ਆਪਾਂ ਅੰਦਰ ਲਾਉਂਦੇ ਹਾਂ ਸਭਾ, ਇੱਥੇ ਨਾ ਲਾਈਏ, ਖੂਹ ਦੇ ਆਲੇ ਦੁਆਲੇ ਜਾ ਕਰਕੇ ਸਭਾ ਲਾ ਕਰਕੇ ਦੀਵਾਨ ਲਾ ਕਰਕੇ ਬੈਠ ਜਾਈਏ। ਬੈਠੇ ਆਪ ਤਹਿ ਸਭਾ ਲਗਾਈਏ, ਅਦੇ ਖੂਹ ਦੇ ਆਲੇ ਦੁਆਲੇ ਬੈਠ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਮੁਲਾਣਾ ਕਹਿੰਦਾ ਵੀ ਦੀਵਾਨ ਸਜਾ ਜਾਈਏ। ਚੌਂ ਦਿਸ ਬੈਠੇ ਨਰ ਸਮੁਦਾਇਆ, ਜਦੋਂ ਸਭਾ ਲੱਗੇਗੀ ਤੇ ਚਾਰ ਸਫੇਰੇ ਜਿੰਨੇ ਵੀ ਅਸੀਂ ਕਾਜੀ ਮੁਲਾਣੇ ਆ ਤੁਹਾਡੇ ਅਫਸਰ ਅਹੁਦੇਦਾਰ, ਉਹ ਸਾਰੇ ਚਾਰ ਸਫੇਰੇ ਬੈਠ ਜਾਣਗੇ। ਤੇ ਇਸ ਤਰ੍ਹਾਂ ਕਰਾਂਗੇ ਵੀ ਜਿੱਥੇ ਖੂਹ ਹੈ ਖੂਹ ਦੇ ਲਾਗੇ ਵੀ ਫਰਸ਼ ਕਰ ਦਈਏ, ਤੇ ਖੂਹ ਦੇ ਉੱਪਰ ਵੀ ਜਿੱਥੋਂ ਉੱਪਰਲਾ ਹਿੱਸਾ ਹੈ ਉਹਦੇ 'ਤੇ ਵੀ ਬਰਾਬਰ ਦਾ ਹੀ ਫਰਸ਼ ਕਰਕੇ ਵਿਛਾਈ ਕਰਕੇ ਇਹਦੇ ਖੂਹ ਦਾ ਉੱਪਰਲਾ ਪਾਸਾ ਢੱਕ ਦਈਏ, ਪਤਾ ਹੀ ਨਾ ਲੱਗੇ ਆਪਾਂ ਨੂੰ। ਤਾਂ ਪਤਾ ਰਹੇਗਾ ਵੀ ਇੱਥੇ ਖੂਹ ਹੈ, ਪਰ ਰਾਮ ਰਾਏ ਨੂੰ ਪਤਾ ਹੀ ਨਾ ਲੱਗੇ ਵੀ ਪੱਧਰਾ ਧਰਤੀ ਵਾਲਾ ਥਾਂ ਕਿਹੜਾ ਹੈ ਤੇ ਖੂਹ ਵਾਲਾ ਥਾਂ ਕਿਹੜਾ ਹੈ। ਅਲਖ ਕੂਪ ਕੋ ਥਲ ਕਰ ਦੇ, ਅਲਖ ਕੂਪ ਕੋ ਥਲ ਕਰ ਦੇ, ਅਲਖ ਕੂਪ ਕੋ ਥਲ ਕਰ ਦੇ, ਜਿਹੜਾ ਖੂਹ ਵਾਲਾ ਥਾਂ ਹੈ ਉਹਨੂੰ ਅਲਖ ਕਰ ਦਈਏ। ਲਖ ਨਾਮ ਹੁੰਦਾ ਲਖਣ ਦਾ, ਜਾਣਨ ਦਾ, ਵੀ ਜਿਹੜਾ ਕਿਸੇ ਚੀਜ਼ ਬਾਰੇ ਜਾਣ ਲੈਣਾ, ਤੇ ਅਲਖ ਹੁੰਦਾ ਵੀ ਜਾਣਨ ਤੋਂ ਰਹਿਤ ਹੋਣਾ, ਜਿਸ ਦੀ ਜਾਣਕਾਰੀ ਨਾ ਹੋਵੇ। ਤੇ ਮੁਲਾਣਾ ਕਹਿੰਦਾ ਔਰੰਗਜ਼ੇਬ ਨੂੰ ਵੀ ਆਪਾਂ ਖੂਹ ਵਾਲਾ ਥਾਂ ਇਸ ਤਰ੍ਹਾਂ ਲੁਕੋ ਦਈਏ, ਉਹ ਗਲੀਚਿਆਂ ਦੀਆਂ ਚਾਦਰਾਂ ਦੀਆਂ ਵਿਛਾਈਆਂ ਦੇ ਵਿੱਚ, ਵੀ ਰਾਮ ਰਾਏ ਨੂੰ ਪਤਾ ਹੀ ਨਾ ਲੱਗੇ ਵੀ ਇੱਥੇ ਡੂੰਘਾ ਖੂਹ ਪੁੱਟਿਆ ਏ। ਜਿਸ ਵਿਦ ਆਏ ਸੋ ਨਾ ਲਖ ਲੇਹ, ਇਸ ਤਰ੍ਹਾਂ ਦੀ ਤਿਆਰੀ ਕਰੀਏ ਵੀ ਜਿਸ ਢੰਗ ਦੇ ਨਾਲ ਆ ਕਰਕੇ ਰਾਮ ਰਾਏ ਜੀ ਖੂਹ ਬਾਰੇ ਨਾ ਜਾਣ ਲੈਣ, ਉਹਨਾਂ ਨੂੰ ਪਤਾ ਨਾ ਲੱਗ ਸਕੇ, ਇਹ ਮਲੂਮ ਹੀ ਨਾ ਹੋਵੇ ਵੀ ਇੱਥੇ ਖੂਹ ਹੈ ਜਾਂ ਨਹੀਂ ਹੈ। ਸੁੰਦਰ ਚਾਦਰ ਬਿਸਤ ਵਿਸਾਲ, ਇਸ ਤਰ੍ਹਾਂ ਸੋਹਣੀਆਂ ਸੋਹਣੀਆਂ ਚਿੱਟੇ ਰੰਗ ਦੀਆਂ ਵੱਡੀਆਂ ਵੱਡੀਆਂ ਚਾਦਰਾਂ ਵਿਛਾ ਕਰਕੇ ਸਭ ਦਿਸ਼ ਤੇ ਤਿਸ ਨਾਲ, ਹਰ ਪ੍ਰਕਾਰ ਦੇ ਨਾਲ ਸਾਧੋ ਸਭ ਦਿਸ਼ ਤੇ ਤਿਸ ਨਾਲ ਚਿੱਟੇ ਰੰਗ ਦਾ ਚਾਦਰਾ ਵਿਛਾ ਕੇ ਤੇ ਚਾਰ ਸਫੇਰਿਓਂ ਖੂਹ ਦਾ ਉੱਪਰਲਾ ਹਿੱਸਾ ਢੱਕ ਦਈਏ। ਆਵਤ ਤਹਾਂ ਦੇਹੋ ਬੈਠਾਏ, ਤੇ ਜਦੋਂ ਰਾਮ ਰਾਏ ਜੀ ਸਭਾ ਵਿੱਚ ਆਉਣ, ਉਹ ਮਲਾਣਾ ਔਰੰਗਜ਼ੇਬ ਨੂੰ ਕਹਿੰਦਾ ਆਉਂਦੇ ਹੀ ਸਿੱਧਾ ਹੀ ਉਹਨਾਂ ਨੂੰ ਉੱਪਰ ਬਿਠਾ ਦਈਏ ਖੂਹ ਦੇ। ਬਿਨ ਅਜਮਤ ਗਿਰ ਕੇ ਮਰ ਜਾਏ, ਤੇ ਜੇ ਤਾਂ ਸ਼ਕਤੀ ਤੋਂ ਬਗੈਰ ਹੋਇਆ ਤਾਂ ਖੂਹ 'ਚ ਡਿੱਗ ਕੇ ਤੇ ਮਰ ਜਾਵੇਗਾ, ਆਪਾਂ ਨੂੰ ਉਹਦੇ ਨਾਲ ਕੀ ਭਾਏ। ਰਾਮ ਰਾਏ ਮਰਦਾ ਹੈ ਤਾਂ ਬਚਦਾ ਏ, ਸ਼ਕਤ ਹੋਏ ਤਬ ਬੈਠਿਓ ਰਹਿ, ਤੇ ਪਰ ਜੇ ਤਾਂ ਰਾਮ ਰਾਏ ਜੀ ਕੋਈ ਸ਼ਕਤੀ ਹੋਈ ਕੋਈ ਕਲਾ ਹੋਈ ਕਰਾਮਾਤ ਤਾਂ ਖੂਹ ਦੇ ਉੱਪਰ ਵੀ ਬੈਠਾ ਹੀ ਰਹੂਗਾ, ਵਿੱਚ ਡਿੱਗੇਗਾ ਨਹੀਂ, ਤੇ ਜੇ ਸ਼ਕਤੀ ਕਲਾ ਤੋਂ ਬਗੈਰ ਹੀ ਖਾਲੀ ਹੋਇਆ ਫਿਰ ਡਿੱਗ ਕੇ ਮਰ ਜਾਏਗਾ। ਇਸ ਕੋ ਕੁਛ ਅਚਰਜ ਨਹਿ ਹੈ, ਤੇ ਜੇ ਨਹੀਂ ਡਿੱਗਦਾ ਤਾਂ ਇਹ ਉਹ ਰਾਮ ਰਾਏ ਵਾਸਤੇ ਕੋਈ ਅਚਰਜ ਗੱਲ ਨਹੀਂ ਹੈ। ਜਿਵੇਂ ਪਹਿਲਾਂ ਤਿੰਨ ਖੇਡਾਂ ਹੋ ਚੁੱਕੀਆਂ ਤਾਂ ਖੂਹ ਦੇ ਬੈਠ ਜਾਣਾ ਵੀ ਇਹ ਵੀ ਰਾਮ ਰਾਏ ਲਈ ਫਿਰ ਕੋਈ ਵੱਡੀ ਬਾਤ ਨਹੀਂ ਹੋਵੇਗੀ। ਮਹਿਦ ਅਧਰਮੀ ਮੂੜ ਮੁਲਾਣੇ, ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਅਧਰਮੀ ਜਿਹੜੇ ਮੂੜ ਮੂਰਖ ਮੁਲਾਣੇ ਹੈਗੇ ਤਾਂ ਧਰਮ ਦੇ ਇਹ ਮੁਖੀ ਸਨ, ਪਰ ਇਹ ਧਰਮ ਦੇ ਠੇਕੇਦਾਰ ਬਣ ਕੇ ਬੈਠ ਗਏ।
ਮਹਿਰ ਅਧਰਮੀ ਮੂੜ ਮਲਾਣੇ ਬਹੁਤ ਹੀ ਵੱਡੇ ਤੋਂ ਵੱਡੇ ਜਿਹੜੇ ਮੂੜ ਵੱਡੇ ਤੋਂ ਵੱਡੇ ਜਿਹੜੇ ਇਹ ਮੂਰਖ ਮਲਾਣੇ ਸਨ ਬਾਦਸ਼ਾਹ ਦੇ ਨਾਲ ਇਸ ਪ੍ਰਕਾਰ ਦੇ ਨਾਲ ਛਲ ਦੇ ਸਹਿਤ ਕਵੜ ਦੇ ਸਹਿਤ ਮਿਲੀ ਹੋਈ ਜਿਹੜੀ ਸਲਾਹ ਹੈ ਉਹ ਰੰਗ ਜੇ ਬਾਦਸ਼ਾਹ ਨੂੰ ਦਿੱਤੀ ਹੈ ਵੀ ਇੱਦਾਂ ਆਪਾਂ ਛਲ ਕਵੜ ਕਰੀਏ ਮੂਰਖ ਮਲਾਣੇ ਕਹਿੰਦੇ ਆ ਵੀ ਖੂਹ ਢੱਕ ਕੇ ਉਹਦੇ ਉੱਪਰ ਰਾਮ ਰਾਏ ਨੂੰ ਬਿਠਾ ਦੇਈਏ ਇਸ ਤਰ੍ਹਾਂ ਦੀਆਂ ਭੈੜੀਆਂ ਛਲ ਵਾਲੀਆਂ ਸਲਾਹਾਂ ਦਿੰਦੇ ਹਨ ਸ਼ਾਹੋ ਕਹੀ ਇਹੋ ਨੀਕ ਬਖਾਨੀ ਔਰੰਗਜ਼ੇਬ ਵੀ ਸੁਣ ਕੇ ਕਹਿਣ ਲੱਗਾ ਵੀ ਆਹ ਤਾਂ ਬਹੁਤ ਚੰਗੀ ਗੱਲ ਕਹੀ ਆ ਤੁਸੀਂ ਇੱਦਾਂ ਹੀ ਕਰਦੇ ਆ ਸਭਾ ਬਾਹਰ ਹੀ ਬਾਗ ਬਗੀਚੇ ਜੀ ਲਾਉਂਦੇ ਆਪਾਂ ਦੋ ਵਿਧ ਮੈਂ ਜਾਏ ਸੋ ਜਾਨੀ ਇਸ ਪ੍ਰਕਾਰ ਦੇ ਨਾਲ ਦੋਵੇਂ ਵਿਧੀਆਂ ਜਿਹੜੀਆਂ ਨੇ ਉਹ ਜਾਣੀਆਂ ਜਾਣਗੀਆਂ ਭਾਵ ਕੇ ਜੇ ਡਿੱਗ ਗਏ ਡੁੱਬ ਗਏ ਤਾਂ ਸਮਝ ਲਾਂਗੇ ਵੀ ਖੂਹ 'ਚ ਡਿੱਗ ਕੇ ਡੁੱਬ ਕੇ ਮਰ ਗਏ ਵੀ ਇਹ ਸ਼ਕਤੀ ਵਾਲੇ ਨਹੀਂ ਸਨ ਇਹ ਪਹਿਲਾਂ ਕੋਈ ਐਵੇਂ ਜਾਦੂ ਟੂਣਾ ਜਿਹਾ ਕੀਤਾ ਅਤੇ ਜੇ ਕਹਿੰਦੇ ਵੀ ਉੱਪਰ ਬੈਠੇ ਰਹੇ ਤਾਂ ਫਿਰ ਪਤਾ ਲੱਗ ਜਾਏਗਾ ਵੀ ਅਜਮਤੀ ਹੈ ਭਾਵ ਸ਼ਕਤੀਆਂ ਦਾ ਮਾਲਕ ਹੈ ਰਾਮ ਰਾਏ ਬਾਦਸ਼ਾਹ ਕਹਿੰਦਾ ਬਹੁਤ ਚੰਗੀ ਸਲਾਹ ਇਹਦੇ ਨਾਲ ਦੋਵੇਂ ਪਤਾ ਹੀ ਲੱਗ ਗੱਲਾਂ ਪਤਾ ਲੱਗ ਜਾਣਗੀਆਂ ਮਹਾ ਕਰੂਰ ਨੌ ਰੰਗ ਦੁਰਮਤੀ ਕਹਿੰਦੇ ਬੜਾ ਹੀ ਭੈੜਾ ਬਹੁਤ ਹੀ ਮਾੜੀ ਮਤ ਵਾਲਾ ਜੋ ਰੰਗ ਜੇ ਬਾਦਸ਼ਾਹ ਏ ਪਰਖ ਬੇ ਪੁਨ ਅਜ਼ਮਤੀ ਪੁਨਾ ਪੁਨਾ ਵਾਰ ਵਾਰ ਰਾਮ ਰਾਏ ਜੀ ਦੀ ਅਜ਼ਮਤ ਉਹਨਾਂ ਦੀ ਸ਼ਕਤੀ ਪਰਖਣ ਦੇ ਵਾਸਤੇ ਨਿਕਟ ਕੂਪ ਕੇ ਸਭਾ ਲਗਾਈ ਬਾਹਰ ਜਿੱਥੇ ਬਾਗ ਬਗੀਚੇ 'ਚ ਖੂਹ ਹੈ ਉਹਦੇ ਨੇੜੇ ਹੀ ਇਹਨੇ ਸਭਾ ਲਾ ਲਈ ਵੀ ਇੱਥੇ ਦੀਵਾਨ ਸਜਾਉਣ ਦੀ ਸਭਾ ਲਾਉਣ ਦੀ ਸਾਰੀ ਤਿਆਰੀ ਕਰਦੇ ਹੋ ਇੱਕ ਸਮ ਫਰਸ਼ ਕੀਨ ਚਹੁੰਕਾਈ ਚਾਰ ਸਫੇਰੇ ਜਿੱਥੇ ਵੀ ਸਭਾ ਲਾਉਣੀ ਸੀ ਖੂਹ ਦੇ ਚਾਰ ਸਫੇਰੇ ਇੱਕ ਬਰਾਬਰ ਇੱਕੋ ਜੀ ਵਿਛਾਈ ਗਲੀਚੇ ਚਾਦਰਾਂ ਨਾਲ ਕਰ ਦਿੱਤੇ ਸ਼ਾਦਿਓ ਕੂਪ ਕਰੇ ਚਤੁਰਾਈ ਬਹੁਤ ਹੀ ਚਤੁਰਾਈ ਚੁਸਤੀ ਚਲਾਕੀ ਕਰਕੇ ਜਿਹੜਾ ਖੂਹ ਜਿੱਥੇ ਰਾਮ ਰਾਏ ਜੀ ਨੂੰ ਬਹਾਉਣਾ ਚਾਹੁੰਦੇ ਨੇ ਉਹ ਵਿਛਾਈਆਂ ਦੇ ਨਾਲ ਗਲੀਚੇ ਚਾਦਰਾਂ ਦੇ ਨਾਲ ਖੂਹ ਵੀ ਢੱਕ ਦਿੱਤਾ ਪਰ ਚੌਂਕੀ ਮਸੇ ਟਿਕਾਈ ਤੇ ਕਹਿੰਦੇ ਵੀ ਚੌਂਕੀ ਜਿੱਥੇ ਰਾਮ ਰਾਏ ਜੀ ਨੂੰ ਬਿਠਾਉਣਾ ਸੀ ਉਹ ਮਸਾਂ ਮਸਾਂ ਕਰਕੇ ਚੌਂਕੀ ਖੂਹ 'ਤੇ ਟਿਕਾਉਣਾ ਕੀਤੀ ਕਿਉਂਕਿ ਜਦੋਂ ਰੱਖਦੇ ਸੀ ਤਾਂ ਉਹ ਕੱਪੜਾ ਹੇਠਾਂ ਜੇ ਨੂੰ ਹੋ ਜਾਂਦਾ ਜਿਵੇਂ ਕਿਵੇਂ ਕਰਕੇ ਵੀ ਪਤਾ ਨਾ ਲੱਗੇ ਵੀ ਇੱਥੇ ਥਾਂ ਪੋਲਾ ਹੈ ਇਸ ਤਰ੍ਹਾਂ ਮਸਾਂ ਮਸਾਂ ਚੌਂਕੀ ਰਾਮ ਰਾਏ ਜੀ ਦੇ ਬੈਠਣ ਵਾਸਤੇ ਉਹ ਚਾਦਰਾਂ ਦੇ ਉੱਪਰ ਖੂਹ ਦੇ ਵਿਚਕਾਰ ਰੱਖ ਦਿੱਤੀ ਟਿਕਾ ਦਿੱਤੀ ਚਰਨ ਧਰੈ ਜਬ ਉੱਪਰ ਆਏ ਇਹ ਸੋਚ ਕੇ ਵੀ ਜਦੋਂ ਰਾਮ ਰਾਏ ਇਸ ਚੌਂਕੀ ਤੇ ਆ ਕੇ ਆਪਣੇ ਚਰਨ ਪੈਰ ਧਰੇਗਾ ਇੱਕ ਹੀ ਵਾਰ ਤਰੇ ਗਿਰ ਜਾਏ ਤੇ ਇੱਕੇ ਵਾਰ ਹੀ ਭਾਰ ਪੈਣ ਦੇ ਨਾਲ ਕਿਉਂਕਿ ਚਾਦਰਾਂ ਹੀ ਤੇ ਹੈਗੀਆਂ ਨੇ ਭਾਰ ਪੈਣਾ ਹੈ ਤੇ ਉਹ ਥੱਲੇ ਨੂੰ ਖਿਸਕ ਜਾਣੀਆਂ ਤੇ ਖੂਹ ਦੇ ਪਾਣੀ 'ਚ ਜਾ ਕੇ ਡੁੱਬ ਜੂ ਡਿੱਗ ਜਾਊਗਾ ਸ਼ੇਖ ਮੁਲਾਨੇ ਕਾਜੀ ਇਸ ਤਰ੍ਹਾਂ ਜਿਹੜੇ ਸ਼ੇਖ ਨੇ ਜਿਵੇਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦੇ ਆ ਇਵੇਂ ਮੁਸਲਮਾਨਾਂ ਦੇ ਸ਼ੇਖ ਆਪਣੇ ਆਪ ਨੂੰ ਉੱਤਮ ਮੰਨਦੇ ਆ ਉਹ ਸ਼ੇਖ ਜਾਤੀ ਦੇ ਬਿਰਧ ਜਾਤੀ ਦੇ ਮੁਸਲਮਾਨ ਅਤੇ ਮੁਲਾਣੇ ਜਿਹੜੇ ਬੱਚਿਆਂ ਨੂੰ ਵਿੱਦਿਆ ਦੇਣ ਵਾਲੇ ਹਨ ਮਦਰੱਸੇ ਦੇ ਵਿੱਚ ਕਾਜੀ ਲੋਕ ਜਿਵੇਂ ਅੱਜ ਕੱਲ੍ਹ ਜੱਜ ਫੈਸਲੇ ਦਿੰਦੇ ਐਵੇਂ ਕਾਜੀ ਉਸ ਵੇਲੇ ਦੇ ਫਤਵੇ ਦੇਣ ਵਾਲੇ ਕਿਸੇ ਨੂੰ ਸਜ਼ਾ ਦੇਣ ਵਾਲੇ ਕਿਸੇ ਨੂੰ ਰਿਹਾ ਕਰਨ ਵਾਲੇ ਇਹ ਕਾਜੀ ਵੀ ਉਸ ਵੇਲੇ ਬਹੁਤ ਸਾਰੇ ਬੈਠੇ ਹੋਏ ਸਨ ਅਕਲ ਬਤਾਵਹੀਂ ਜੋ ਕੁਛ ਸੁਣੇ ਇਹੋ ਜਿਹੀ ਕੋਈ ਸਿੱਧੀ ਪੁੱਠੀ ਜੀ ਅਕਲ ਦੱਸਦੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਸ਼ੇਖ ਕਾਜੀ ਮੁਲਾਣੇ ਤੇ ਔਰੰਗਜ਼ੇਬ ਬਾਦਸ਼ਾਹ ਇਹਨਾਂ ਦੀ ਉਹੀ ਗੱਲ ਸੁਣਦਾ ਤੇ ਮੰਨ ਕੇ ਕਰਦਾ ਏ ਇਹ ਹਰ ਵੇਲੇ ਖੁਸ਼ਾਮਦ ਕਰਦੇ ਆ ਔਰੰਗਜ਼ੇਬ ਦੀਆਂ ਝੂਠੀਆਂ ਸੱਚੀਆਂ ਸਿਫਤਾਂ ਕਰ ਕਰਕੇ ਉਹਨੂੰ ਖੁਸ਼ ਰੱਖਦੇ ਹਨ ਸਨਮਾਨਤ ਹਸਮੁਖ ਦਿਖਰਾਵਤ ਬੜਾ ਸਨਮਾਨ ਕਰਦੇ ਆ ਤੇ ਹੱਸ ਹੱਸ ਕੇ ਮੁਖੋਂ ਵਿਖਾਉਂਦੇ ਆ ਬਾਦਸ਼ਾਹ ਨੂੰ ਵੀ ਅਸੀਂ ਤੁਹਾਡੇ ਦੇ ਬੜੇ ਖੁਸ਼ ਹਾਂ ਬਣ ਬਣ ਬੈਠੇ ਸਭਾ ਮਝਾਰੇ ਬੜੇ ਬਣ ਬਣ ਕੇ ਸੱਜ ਸੱਜ ਫੱਬ ਫੱਬ ਨਵੀਆਂ ਪੁਸ਼ਾਕਾਂ ਨਿੱਤ ਪਾ ਕੇ ਬਾਦਸ਼ਾਹ ਦੀ ਸਭਾ ਵਿੱਚ ਬੈਠਦੇ ਨੇ ਤੱਕ ਦੇਖਣ ਚਹਿਤ ਉਦਾਰੇ ਹੁਣ ਜਿੱਦਣ ਇਹ ਸਭਾ ਲਗਾਈ ਹੈ ਖੂਹ ਨੂੰ ਢੱਕ ਅੱਗੇ ਆਲੇ ਦੁਆਲੇ ਸਾਰੇ ਬੜੇ ਬਣ ਫੱਬ ਕੇ ਆਏ ਕੌਤਕ ਵੇਖਣਾ ਚਾਹੁੰਦੇ ਨੇ ਪ੍ਰਗਟ ਹੀ
ਵੀ ਵੇਖਦੇ ਆ ਵੀ ਰਾਮ ਰਾਇ ਖੂਜ ਡਿੱਗਦਾ ਜਾਂ ਡਿੱਗਣੋਂ ਬਚਦਾ ਏ। ਠਾਂਡੇ ਸੂਬੇ ਯਾਰ ਉਮਰਾਵ, ਸੂਬੇਦਾਰ ਵੀ ਉੱਥੇ ਆ ਕੇ ਖਲੋ ਗਏ, ਹੋਰ ਉਮਰਾਵ ਜਿਹੜੇ ਅਹਿਲਕਾਰ ਅਫਸਰ ਨੇ ਬਾਦਸ਼ਾਹ ਦੇ। ਸ਼ਰਾ ਬੀਚ ਤੇ ਢਿੱਲ ਦਿੜ, ਸ਼ਬਾ ਬੀਚ ਤੇ ਸ਼ਰਾ ਬੀਚ ਤੇ ਦਿੜ ਉਲਮਾਵ, ਸ਼ਰਾ ਬੀਚ ਜੇ ਦਿੜ ਉਲਮਾਵ ਜਿਹੜੇ ਸ਼ਰਾ ਦੇ ਵਿੱਚ ਕੱਟੜਤਾਈ ਦੇ ਵਿੱਚ ਬੜੇ ਪੱਕੇ ਉਲਮਾਵ ਜਿੰਨੇ ਵੀ ਵਿਦਵਾਨ ਸਨ ਆਲਮ ਫਾਜ਼ਲ ਉਹ ਵੀ ਆ ਕਰਕੇ ਬੈਠ ਗਏ। ਪਠਿਓ ਗੁਲਾਮਨ ਕੋ ਨਿਜ ਦੂਤ, ਜਦੋਂ ਸਾਰੀ ਤਿਆਰੀ ਹੋ ਗਈ ਫਿਰ ਬਾਦਸ਼ਾਹ ਨੇ ਰਾਮ ਰਾਏ ਜੀ ਨੂੰ ਬੁਲਾਉਣ ਲਈ ਆਪਣਾ ਦੂਤ ਇੱਕ ਨੌਕਰ ਭੇਜਿਆ। ਆਇਓ ਜਹਾਂ ਬੈਠਿਓ ਗੁਰਪੂਤ, ਤੇ ਜਿੱਥੇ ਗੁਰੂ ਹਰਿ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਬੈਠੇ ਹੋਏ ਸਨ ਉਸ ਥਾਂ ਤੇ ਆਣ ਪਹੁੰਚਿਆ ਮਜਨੂੰ ਟਿੱਲੇ ਤੇ। ਹਾਲ ਜੋਰ ਕੈ ਕਹਿਓ ਸੁਣਾਈ, ਦੂਤ ਨੇ ਆ ਕੇ ਰਾਮ ਰਾਏ ਜੀ ਨੂੰ ਦੋਵੇਂ ਹੱਥ ਜੋੜ ਕਰਕੇ ਬਾਦਸ਼ਾਹ ਦਾ ਕਹਿਆ ਹੋਇਆ ਸੁਨੇਹਾ ਸੁਣਾ ਕੇ ਦੱਸਿਆ ਬੋਲ ਕੇ। ਸਿਮਰਿਓ ਸ਼ਾਹ ਤੁਮਾਰੇ ਤਾਂ, ਹੇ ਰਾਮ ਰਾਏ ਜੀ ਔਰੰਗਜ਼ੇਬ ਬਾਦਸ਼ਾਹ ਜੀ ਦੇ ਅੱਗੇ ਸਭ ਝੁਕਦੇ ਨੇ, ਉਹਨੇ ਤੁਹਾਨੂੰ ਯਾਦ ਕੀਤਾ, ਹੁਣ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ। ਚਲੋ ਆਪ ਦਰਸ਼ਨ ਕੋ ਦੇਹੋ, ਚਲੋ ਤੁਸੀਂ ਚੱਲ ਕਰਕੇ ਬਾਦਸ਼ਾਹ ਦੀ ਸਭਾ ਦੇ ਵਿੱਚ ਦਰਸ਼ਨ ਦਿਓ, ਬਾਦਸ਼ਾਹ ਤੁਹਾਨੂੰ ਵੇਖਣਾ ਚਾਹੁੰਦਾ ਹੈ। ਸਭਾ ਸਹਿਤ ਤੁਮ ਤਿਸ ਪਿਖ ਲੈ ਹੋ, ਹਾਂ ਉਹ ਤੁਹਾਨੂੰ ਵੇਖ ਲੈਣ, ਤੇ ਜਿਵੇਂ ਬਾਦਸ਼ਾਹ ਏ ਬਾਦਸ਼ਾਹ ਦੀ ਜਿੱਦਾਂ ਦੀ ਸਭਾ ਲੱਗਦੀ ਹੈ ਇਹ ਜਾ ਕਰਕੇ ਤੁਸੀਂ ਵੀ ਵੇਖ ਲਓ ਵੀ ਬਾਦਸ਼ਾਹ ਦਾ ਦਰਬਾਰ ਕਿਹੋ ਜਿਹਾ ਹੁੰਦਾ ਹੈ। ਸੁਣ ਸ਼੍ਰੀ ਰਾਮ ਰਾਏ ਹੋਏ ਤਿਆਰੀ, ਦੂਤ ਦਾ ਸੁਨੇਹਾ ਸੁਣ ਕੇ ਜਿਸ ਕਰਕੇ ਕੀਰਤਪੁਰੋਂ ਆਏ ਸੀ ਬਾਦਸ਼ਾਹ ਦੇ ਨਾਲ ਵਿਚਾਰ ਚਰਚਾ ਬਚਨ ਬਲਾਸ ਹੋਣੇ ਨੇ, ਉਹਦੇ ਲਈ ਝਾਟੀ ਸ਼੍ਰੀ ਬਾਬਾ ਰਾਮ ਰਾਏ ਜੀ ਜੋ ਵੱਡੇ ਪੁੱਤਰ ਮਹਾਰਾਜ ਸਦਵੇਂ ਪਾਤਸ਼ਾਹ ਦੇ ਤਿਆਰ ਹੋ ਗਏ। ਗਮਨ ਕੀਨ ਅਜ਼ਮਤ ਜੁਤ ਭਾਰੀ, ਜੋ ਸਭ ਸ਼ਕਤੀਆਂ ਦੇ ਸਹਿਦ ਨੇ ਕਰਾਮਾਤਾਂ ਦੇ ਪਰਿਪੂਰਨ ਹਨ, ਜਿਨ੍ਹਾਂ ਦੀ ਰਸਨਾ ਦੇ ਗੁਰੂ ਹਰਿ ਸਾਹਿਬ ਜੀ ਦਾ ਵਾਸ ਹੈ, ਐਸੇ ਬਾਬਾ ਰਾਮ ਰਾਏ ਜੀ ਨੇ ਚਾਲਾ ਪਾਇਆ ਏ ਬਾਦਸ਼ਾਹ ਦੇ ਕਚਹਿਰੀ ਵੱਲ ਨੂੰ। ਜੇ ਗੁਰਦਾਸ ਆਦ ਸਿੱਖ ਸਾਥ, ਹਾਂ ਜਿਹੜੇ ਭਾਈ ਗੁਰਦਾਸ ਬਹਿਲੋਂ ਕੀ ਵੰਸ਼ ਦੇ ਵਿੱਚੋਂ ਦੇ ਹੋਰ ਤਾਰਾ ਦੇ ਹੋਰ ਜੋ ਵੀ ਸਿੱਖ ਸਾਥੀ ਨਾਲ ਆਏ ਸਨ, ਗਏ ਸੰਗ ਜਹਾਂ ਦਿੱਲੀ ਨਾਲ, ਜਿੱਥੇ ਦਿੱਲੀ ਦਾ ਮਾਲਕ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਬੈਠਦਾ ਹੈ ਉਹਦੀ ਕਚਹਿਰੀ ਸਭਾ ਚ ਨਾਲ ਹੀ ਰਾਮ ਰਾਏ ਜੀ ਦੇ ਸਿੱਖ ਵੀ ਗਏ। ਬੜਾ ਸਨਮਾਨ ਕਰਦੇ ਆ ਜਿਹੜੇ ਅੱਗੇ ਪਹਿਰੇਦਾਰ ਸਨ, ਆਓ ਭਗਤ ਕਰਦੇ ਆ ਸਨਮਾਨ ਕਰਦੇ ਆ, ਅੰਦਰ ਪ੍ਰਵੇਸ਼ ਕਰਵਾਇਆ ਰਾਮ ਰਾਏ ਜੀ ਨੂੰ ਅੰਦਰ ਲੈ ਗਏ। ਦੌਰ ਦੌਰ ਨਰ ਪਿਖ ਬਿਸਮਾਏ, ਜਦੋਂ ਦਿੱਲੀ ਦੇ ਵਿੱਚ ਆਏ ਸਨ ਰਾਮ ਰਾਏ ਮਜਨੂੰ ਟਿੰਨੇ ਤੋਂ ਚੱਲ ਕੇ ਰਸਤੇ ਜਾ ਰਹੇ ਸੀ ਤੇ ਜਿਹੜੇ ਲੋਕ ਨੇ ਉਹਨਾਂ ਤੀਕਰ ਵੀ ਰਾਮ ਰਾਏ ਜੀ ਦਾ ਜਸ ਫੈਲ ਚੁੱਕਾ ਸੀ ਦਿੱਲੀ ਨਿਵਾਸੀਆਂ ਅੰਦਰ, ਉਹ ਵੀ ਦੌੜ ਦੌੜ ਕੇ ਜਿਹਨੂੰ ਵੀ ਪਤਾ ਲੱਗਦਾ ਇੱਕ ਦੂਜੇ ਕੋਲ ਸੁਣਦੇ ਕੌਣ ਜਾ ਰਿਹਾ, ਗੁਰੂ ਹਰਿ ਸਾਹਿਬ ਦੇ ਪੁੱਤਰ ਰਾਮ ਰਾਏ ਜੀ ਜਾ ਰਹੇ, ਅੱਛਾ ਉਹੀ ਨੇ ਜਿਹੜੇ ਕਰਾਮਾਤਾਂ 'ਚ ਪੂਰਨ ਨੇ, ਕਹਿੰਦੇ ਹਾਂ, ਇਉਂ ਭੱਜ ਭੱਜ ਫਿਰ ਆਉਂਦੇ, ਦੌੜ ਦੌੜ ਕੇ ਰਾਮ ਰਾਏ ਜੀ ਨੂੰ ਵੇਖਦੇ ਨੇ ਵੀ ਦਰਸ਼ਨ ਕਰੀਏ ਕੈਸੇ ਹਨ, ਵੇਖ ਵੇਖ ਕੇ ਬੜੇ ਹੈਰਾਨ ਹੁੰਦੇ, ਉਮਰ ਤਾਂ ਕਹਿੰਦੇ ਥੋੜ੍ਹੀ ਹੋਈ ਹੈ, ਸਰੀਰ ਤਾਂ ਛੋਟਾ ਹੀ ਹੈ, ਉਮਰ ਤਾਂ ਬਹੁਤ ਹੀ ਨਹੀਂ, ਪਰ ਬਾਤਾਂ ਇਹਨਾਂ ਦੀਆਂ ਸਿਫਤ ਦੀਆਂ ਬਹੁਤ ਸੁਣੀਆਂ ਨੇ, ਏਦਾਂ ਹੈਰਾਨ ਹੁੰਦੇ ਹਨ ਸਾਰੇ। ਸ੍ਰੇਸ਼ਟ ਜਸ ਬਾਬਾ ਰਾਮ ਰਾਏ ਜੀ ਦਾ ਸਾਰਾ ਦਿੱਲੀ ਪੁਰੀ ਦੇ ਵਿੱਚ ਸ਼ਹਿਰ ਦੇ ਵਿੱਚ ਪਸਰ ਚੁੱਕਾ ਸੀ। ਦੇਖ ਦੇਖ ਕਹੇ ਨਮੋ ਸਰਾਹੀ, ਹਾਂ ਵੇਖ ਵੇਖ ਕਰਕੇ ਤੇ ਨਮਸਕਾਰ ਕਹਿੰਦੇ ਨੇ, ਝੁੱਕ ਕੇ ਤੇ ਨਮਸਕਾਰ ਕਰਦੇ ਨੇ ਰਾਮ ਰਾਏ ਜੀ ਨੂੰ, ਤੇ ਰਾਮ ਰਾਏ ਜੀ ਵੀ ਉਹਨਾਂ ਦਾ ਅੱਗੋਂ ਮਾਣ ਆਦਰ ਕਰਦੇ ਨੇ, ਫਿਰ ਆਪਸ ਵਿੱਚ ਮਿਲ ਮਿਲ ਕੇ ਸਲਾਉਂਦੇ ਨੇ, ਵੇਖੋ ਬਈ ਕਿੱਡੇ ਵੱਡੇ ਸਤਿਗੁਰਾਂ ਦੇ ਪੁੱਤਰ ਕਰਾਮਾਤੀ, ਮੈਂ ਉਹਨਾਂ ਨੂੰ ਨਮਸਕਾਰ ਕੀਤੀ, ਉਹਨਾਂ ਵੀ ਮੈਨੂੰ ਅੱਗੋਂ ਕੀਤੀ, ਵੀ ਮਾਸਾ ਵੀ ਉਹਨਾਂ 'ਚ ਹਉਮੈ ਹੰਕਾਰ ਨਹੀਂ, ਫਿਰ ਮਗਰੋਂ ਏਦਾਂ ਮਿਲ ਮਿਲ ਕੇ ਸਲਾਉਂਦੇ ਹਨ, ਸਿਫਤ ਕਰਦੇ ਹਨ। ਇਸ ਬਿਤ ਪਹੁੰਚੇ ਸਭਾ ਪਰਵੇਸ਼ੇ, ਇਸ ਪ੍ਰਕਾਰ ਚੱਲਦਿਆਂ ਹੋਇਆਂ ਰਸਤੇ ਦੇ ਰਾਮ ਰਾਏ ਜੀ ਪਹੁੰਚ ਗਏ ਜਿੱਥੇ ਬਾਦਸ਼ਾਹ ਦੀ ਕਚਹਿਰੀ ਸਭਾ ਲੱਗੀ ਹੈ, ਉਹਦੇ ਅੰਦਰ ਪ੍ਰਵੇਸ਼ ਕੀਤਾ। ਸੁੰਦਰ ਬਦਨ ਸਰੂਪ ਵਿਸ਼ੇਸ਼ੇ, ਜਿਸ ਰਾਮ ਰਾਏ ਜੀ ਦਾ ਬਹੁਤ ਹੀ ਸੋਹਣਾ ਸੁੰਦਰ ਮੁਖਾਰ ਬਿੰਦ ਹੈ, ਸਰੂਪ ਵਿਸ਼ੇਸ਼ ਕਰਕੇ ਸਾਰਿਆਂ ਨਾਲੋਂ ਵੱਖਰਾ ਨਿਰਾਲਾ ਹੈ। ਤਬ ਇੱਕ ਨਰ ਤੇ ਹੋਏ ਅੱਗਾ, ਜਦੋਂ ਸਭਾ ਦੇ ਵਿੱਚ ਪਹੁੰਚੇ ਤਾਂ ਅੱਗਿਓਂ ਲੈਣ ਆਉਂਦੇ ਹੁੰਦੇ ਨਾ, ਜਿਵੇਂ
एक मनुख अगाऊ हो करके अगों ही दसन लिये जिमें पहला ही सिखाया से भी जो राम राय जी आन तो अगवाई तू करनी है उन्होंने लिजा के दे खूह के उत्ते बिठाना इशारा करके एक मनुख सभा में प्रवेश करदे ही राम राय जी दे अगे अगे हो के आंदा बाबा जी इधर मेरे मगर आओ ले चौंकी देश को पहुंचाओ। हाँ ले चौंकी देश को पहुंचाओ कि जिथे तुहाडा बैठन दा आसन लाया आओ इशारा करके कहिंदा इधर आओ सामने जिहड़ी चौंकी है उस चौंकी दे उत्ते जाके तुसी चौंकड़ा मार के बैठ जाओ। विशेष तौर ते चंदन दी कीमती चौंकी तुहाडे बैठण लई विछाई डाई गई है। तामो मदिल जे तक आहे जदों राम राय जी खूह वाले पासे नूं कदम वधाए तां साध संगत जिहड़े मोम दिल सन कुझ उत्थे क्योंकि सारे ही जिहड़े कठोर नहीं होंदे सारे ही जिहड़े हन ओ माड़ी बिरती दे लोग नहीं होंदे सभा दे विच कुझ जिहड़े मोम दिल सन जिवें मुसलमान मोम दिल होवै जिहड़े मोम दिल सन जिवें मोम झाटी पिघल जांदी है ना जिहड़े किसे नूं दुखी नहीं सी वेख सकदे कुझ कु लोग बादशाह दी सभा विच ऐसे भी सन जदों उन्हां ने राम राय जी नूं खूह वल वधदियां होया वेखिया गिरहि कूप मैं त्रासत लहे उह बादशाह तों डरदे कुझ कह तां सकदे नहीं है पर डरी जांदे ने वी किड्डा सोहणा महाराज दा पुत्तर है खूह ते जाके बैठूगा डिग पऊगा डिग के मर जूगा कल तो इस तरह बादशाह ने करना सी वो दिल विच विचारे इदां तरस जिहा कर रहे ने भी जे खूह दे विच डिग पए तां इन्हां दा बचा नहीं हो सकदा उम्र भी हाला न्याणी है जवानी भी पूरी नहीं आई। लख श्री राम राय खुटियाई ओ तां जिहड़े नरम दिल है वह तो अंदरों इस तरह करते ने पर इधर बाबा राम राय जी जो अंतरजामी उन्होंने बादशाह की उन्हें सभा की खुटियाई जान ली भी ये बड़े खोटे है बड़े नीच है भी हर काम विच ही फर्क रखते हैं। तुरक सभा हिंदन दुखदाई ये जिहड़ी तुरकां दी सभा है औरंगजेब बादशाह दी ये हिंदू सिखां लई दुखदाई हुई है ते सानू कदी सुख दा कोई साह होनी नहीं दे सकदे। मूरख अजमत को पत्यावत बादशाह दे वल वेख करके राम राय जी इस तरह दा फुरना करदे भी किड्डा मूर्ख है तां बादशाह है पहला भी इन्हें वेखियां परखा पर हुण फिर साड़ी अजमत साड़ी करामात दा पत्यावा लेना चाहुंदा है। नह पर लोक भेव को पावत मूर्ख नूं पर लोक दे भेद दा पता ही नहीं भी ये शक्तियां जिहड़ियां वेखणियां विखाउणियां ने परलोक च बहुत माड़ी हालत हुंदी है अपना परलोक अपना अगला पासा विगाड़ी जांदा ते मूर्ख साडे पत्यावे लैंदा वार वार। वाहे गुरु कह चरण उठावा इस तरह बाबा राम राय जी विचार कर रहे सन ते करदे आ कदम खूह वल जिधर इशारा कीता सी ओह मनुख ने भी इत्थे बैठो तुसी सारिआं हामी भरी सिर हिला के भी हाँ राम राय जी इत्थे इस चौंकी दे बैठो सारा ढक के इको जिहा कीता होया सी राम राय जी जाणगे नाले तां पैर अगे नूं रखी जांदे ने ते नालो मुखों कह रहे ने सतनाम श्री वाहेगुरु एक एक कदम पुटदे ने ते मुखों कहिंदे ने वाहेगुरु ਇਹੋ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਕਦਮ ਪੁੱਟਦੇ ਆ ਹੋਇਆ ਇਸ ਚੌਂਕੀ ਪਰ ਤੁਰੰਤ ਟਿਕਾਵਾ ਤੇ ਬਾਬਾ ਰਾਮ ਰਾਏ ਜੀ ਨੇ ਜੋ ਖੂਹ ਦੇ ਵਿਚਕਾਰ ਚੌਂਕੀ ਬੈਠਣ ਵਾਸਤੇ ਟਿਕਾਈ ਸੀ ਉਹਦੇ ਉੱਤੇ ਚਰਨ ਉਠਾ ਕੇ ਵਾਹਿਗੁਰੂ ਕਹਿ ਕੇ ਰੱਖਿਆ ਤੇ ਤੁਰੰਤ ਹੀ ਮੁਖੋਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਝੱਟ ਹੀ ਪੈਰ ਜਿਹੜਾ ਚੌਂਕੀ ਤੇ ਟਿਕਾ ਲਿਆ ਰੱਖਤਾ ਆਪ ਸਾਰਾ ਹੀ ਭਾਰ ਆਪਣਾ ਚੌਂਕੀ ਤੇ ਪਾ ਦਿੱਤਾ ਤੇ ਬਾਬਾ ਰਾਮ ਰਾਏ ਜੀ ਨੇ ਫਿਰ ਆਪਣੇ ਦੋਵੇਂ ਚਰਨ ਚੌਂਕੀ ਤੇ ਰੱਖ ਕੇ ਨਿਸ਼ਚਲ ਐਨ ਅਚਲ ਹੋ ਕੇ ਚੌਂਕੜਾ ਮਾਰ ਕੇ ਸਭ ਸਭਾ ਦੇ ਵਿਹਦਿਆਂ ਹੋਇਆਂ ਬੈਠ ਗਏ। ਮਨੋ ਅਵਨ ਪਰ ਟਿਕ ਗਾ ਤੈਸਾ ਜਿਸ ਤਰ੍ਹਾਂ ਧਰਤੀ ਹੈ ਪੱਧਰੀ ਧਰਤੀ ਤੇ ਕੋਈ ਚੀਜ਼ ਰੱਖੀ ਦੀ ਜਾਂ ਬੈਠੀ ਦਾ ਹੈ ਨਾ ਇਸੇ ਪ੍ਰਕਾਰ ਬਾਬਾ ਰਾਮ ਰਾਏ ਜੀ ਖੂਹ ਦੇ ਉੱਪਰ ਜਾ ਕਰਕੇ ਬੈਠ ਕੇ ਜਿਵੇਂ ਮਨ ਉਹ ਧਰਤੀ ਦੇ ਚੌਂਕੜਾ ਮਾਰਿਆ ਹੋਵੇ ਦੇਖਤ ਹੀ ਨੋ ਰੰਗ ਬਿਸਮਾਵਾ ਰਾਮ ਰਾਏ ਜੀ ਜਦੋਂ ਚੌਂਕੜਾ ਮਾਰ ਕੇ ਖੂਹ ਦੇ ਵਿਚਕਾਰ ਬੈਠ ਗਏ ਇਹ ਵੇਖਦੇ ਆ ਵੀ ਡਿੱਗੇ ਨਹੀਂ ਹਨ ਔਰੰਗਜ਼ੇਬ ਬਾਦਸ਼ਾਹ ਬਹੁਤ ਹੀ ਬਿਸਮਾਵ ਵਿੱਚ
हैरानी दे विच चला गया जिथे सोच विचार मुक जे समझ ना आवे भी इदा कर कोई किवें सकदा एहो जे फुरने औरंगजेब बादशाह नूं उठे हन अनालंब लख सीस झुकावा अखीर कहिंदे भी उह मूर्ख ने अपने सामने जदों वेख्या ना भी अनालंब कोई अलंब कोई आसरा नहीं है बादशाह ने वेख्या भी मेरे सामने खूह ढकिया है पहलियां दा करामातां सुनिया सी हुण सामने वेख लिया भी बिना किसे आसरे तो चौंकड़ा मार के राम राय जी बैठ गए ने इस तरह करामातां दे विच पूर्ण जान के बादशाह दा भी सिर राम राय जी दे अगे झुक गया रामदास के आव हो भले ते फिर सत्कार नाल कहण लगा हे गुरु रामदास जी वंश विचों सोढ़ियां दे सरमोर बाबा राम राय जी आओ बड़ा भला बड़ा चंगा कीता है जो आगे तुसी सानू दर्शन दिते हन आशीर्वाद करी तुम मिले बहुत ही चंगा कीता है जिहड़ा तुसी चल के मेरे सदे बुलावे ते आके मैनू दिल्ली दे विच मिले हो तुहानू मिलना चाहुंदा सी दर्शन करना चाहुंदा सी तुहाडे कुशल परस पर भोजन कीना फिर इस तरह औरंगजेब बादशाह ने बाबा राम राय जी दे कोलों कुशल प्रसन्नता पुछी है ਜਿਵੇਂ ਆਪਾਂ ਹਾਲ ਚਾਲ ਜਾਣਦੇ ਹਾਂ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਸਭ ਸੁੱਖ ਖੈਰੀਅਤ ਪੁੱਛੀ ਹੈ ਇਸ ਤਰ੍ਹਾਂ ਆਪਸ ਦੇ ਵਿੱਚ ਬਚਨ ਬਿਲਾਸ ਕੁਝ ਸਾਂਝੇ ਹੋਏ ਸੁੱਖ ਸਾਂਦ ਪੁੱਛਣ ਦੇ ਗੁਰ ਸਪੂਤ ਪਿਖ ਪ੍ਰੇਮ ਨਵੀਨ ਪਹਿਲਾਂ ਤਾਂ ਬਸ ਰਾਮ ਰਾਏ ਜੀ ਦੀਆਂ ਬਾਤਾਂ ਸੁਣੀਆਂ ਸਨ ਪਰ ਹੁਣ ਗੁਰੂ ਹਰਿ ਸਾਹਿਬ ਦੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਸਾਹਮਣੇ ਵੇਖ ਕੇ ਇੱਕ ਕਰਾਮਾਤ ਵੇਖੀ ਹੈ ਦੂਜਾ ਚਿਹਰੇ ਦਾ ਜਾਹੋ ਜਲਾਲ ਵੇਖਦੇ ਨੇ ਵੀ ਉਮਰ ਵੇਖੋ ਛੋਟੀ ਹੈ ਕਿੰਨੀ ਪਰ ਕਿੰਨਾ ਇਹਨਾਂ ਦੇ ਚਿਹਰੇ ਦਾ ਤੇਜ ਪ੍ਰਤਾਪ ਹੈ ਸੋਹਣਾ ਸਰੂਪ ਵੇਖ ਕੇ ਰਾਮ ਰਾਏ ਜੀ ਦਾ ਬਾਦਸ਼ਾਹ ਦੇ ਅੰਦਰ ਨਵਾਂ ਪ੍ਰੇਮ ਪੈਦਾ ਹੋ ਗਿਆ ਨਵੀਂ ਜੀ ਰਾਮ ਰਾਏ ਵੱਲ ਖਿੱਚ ਪੈ ਗਈ ਅੰਦਰ ਅਤ ਪ੍ਰਸੰਨ ਨਵ ਰੰਗ ਤਬ ਭਾਇਓ ਬਹੁਤ ਖੁਸ਼ ਹੋ ਕੇ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਨਿਕਟ ਰਾਖ ਬੇ ਕੋ ਮਤ ਠਇਓ ਤੇ ਆਪਣੇ ਕੋਲ ਹੀ ਰੱਖਣ ਦਾ ਇਹਨੇ ਮਤ ਜਿਹੜਾ ਹੈ ਮਤਾ ਕੀਤਾ ਭਾਵ ਆਪਣੇ ਅੰਦਰ ਸੋਚਦਾ ਇਹ ਵੀ ਇੰਨੀਆਂ ਸ਼ਕਤੀਆਂ ਦੇ ਮਾਲਕ ਨੇ ਰਾਮ ਰਾਏ ਜੀ ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਦਿੱਲੀ ਦੇ ਵਿੱਚ ਹੀ ਸਦਾ ਵਾਸਤੇ ਸ਼ਕਤਵੰਦ ਇਹ ਲਖੇ ਮਹਾਨੇ ਕਿਉਂਕਿ ਮੈਂ ਤਾਂ ਛੇਤੀ ਕੀਤਿਆਂ ਕਿਸੇ ਦੇ ਉੱਤੇ ਰੀਝ ਦਾ ਭਰੋਸਾ ਨਹੀਂ ਕਰਦਾ ਪਰ ਸਭ ਤਰ੍ਹਾਂ ਵੇਖ ਲਿਆ ਹੈ ਵੀ ਰਾਮ ਰਾਏ ਸ਼ਕਤੀਆਂ ਦੇ ਮਾਲਕ ਨੇ ਮਹਾਨ ਤੋਂ ਮਹਾਨ ਕਰਾਮਾਤੀ ਹਨ ਅਪਰ ਨਾ ਜਾਣੋ ਇਨਹੇ ਸਮਾਨੇ ਇਹਨਾਂ ਦੇ ਸਮਾਨ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ ਮੈਂ ਨਹੀਂ ਵੇਖਿਆ ਵੀ ਕੋਈ ਰਾਮ ਰਾਏ ਜੀ ਵਰਗਾ ਹੋਵੇ ਕਰਾਮਾਤੀ ਬੋਹੇ ਕਾਜ ਮਹਿ ਆਵੇ ਤਹਾਂ ਔਰੰਗਜ਼ੇਬ ਬਾਦਸ਼ਾਹ ਰਾਮ ਰਾਏ ਜੀ ਨੂੰ ਵੇਖ ਕੇ ਕਹਿੰਦਾ ਵੀ ਇਹ ਮੇਰੇ ਉੱਥੇ ਉੱਥੇ ਕੰਮ ਆਉਣਗੇ ਮੇਰੀ ਉੱਥੇ ਉੱਥੇ ਵੀ ਮਦਦ ਕਰਨਗੇ ਪਹੁੰਚਣ ਕਿਸਕੀ ਬਿਖਮ ਜੋ ਮਹਾਂ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ ਜਿਹੜਾ ਬਿਖਮ ਤੋਂ ਬਿਖਮ ਔਖੇ ਤੋਂ ਔਖਾ ਥਾਂ ਹੋਵੇਗਾ ਔਖੇ ਤੋਂ ਔਖੀ ਜਗ੍ਹਾ ਹੋਵੇਗੀ ਰਾਮ ਰਾਏ ਨੂੰ ਜੇ ਮੈਂ ਕੋਲ ਹੀ ਰੱਖਣਾ ਨਾ ਦਿੱਲੀ ਕਿਤੇ ਤੇ ਮੇਰੀ ਬਹੁਤ ਮਦਦ ਕਰਨਗੇ ਬੜੇ ਮੇਰੇ ਕੰਮ ਸਵਾਰਨਗੇ ਜੇ ਮੋਰ ਚਾਹੋ ਲਹੋ ਮੈਂ ਤਥਾ ਤੇ ਜਿਵੇਂ ਮੈਂ ਆਪਣੇ ਦਿਲ ਵਿੱਚ ਕਰਾਉਣਾ ਚਾਹਾਂ ਰਾਮ ਰਾਏ ਕੋ ਉਸੇ ਤਰ੍ਹਾਂ ਹੀ ਕਰਾ ਲਿਆ ਕਰਾਂਗਾ ਉਹੀ ਕੰਮ ਆਪਣਾ ਪੂਰਾ ਕਰਾ ਲਵਾਂਗਾ ਰੱਖੋ ਇਨਕੋ ਹਰਖੇ ਜਥਾ ਇਸ ਢੰਗ ਦੇ ਨਾਲ ਕਹਿੰਦੇ ਵੀ ਰੱਖਾਂ ਵੀ ਜਿਸ ਤਰ੍ਹਾਂ ਖੁਸ਼ ਹੋ ਜਾਣ ਮੇਰੇ ਕੋ ਰਹਿਣ ਵਾਸਤੇ ਇਹਨਾਂ ਦਾ ਮਨ ਮੰਨ ਜਾਵੇ ਪੁਰਖ ਨਾ ਐਸੋ ਕਿਹੇ ਥਲ ਪਾਵੇ ਹਾਂ ਕਿਉਂਕਿ ਕੋਈ ਵੀ ਇਸ ਪ੍ਰਕਾਰ ਪੁਰਖ ਨਾ ਐਸੋ ਕਿਹੇ ਥਲ ਪਾਵੇ ਵੀ ਇਹੋ ਜਿਹਾ ਰਾਮ ਰਾਏ ਵਰਗਾ ਪੁਰਖ ਇਹਨਾਂ ਵਰਗੇ ਕਰਾਮਾਤੀ ਕਿਸੇ ਵੀ ਥਾਂ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦੇ ਇਹੋ ਜਿਹੇ ਇਹ ਆਪ ਹੀ ਹਨ ਕੇਵਲ ਅਜ਼ਮਤ ਸੋਂ ਜਿਮ ਚਾਹੇ ਬਣਾਵੇ ਤੇ ਕਰਾਮਾਤ ਸ਼ਕਤੀ ਦੇ ਨਾਲ ਜਿਵੇਂ ਚਾਹੁਣ ਉਸੇ ਤਰ੍ਹਾਂ ਬਣਾ ਸਕਦੇ ਹੈ ਉਹੀ ਕੁਝ ਕਰਕੇ ਵਿਖਾ ਸਕਦੇ ਹਨ ਇਸ ਤਰ੍ਹਾਂ ਰਾਮ ਰਾਏ ਜੀ ਦੇ ਬਰਾਬਰ ਜਿਹੜਾ ਹੈ ਕੋਈ ਅਜਮਤ ਕੋਈ ਸ਼ਕਤੀ ਨਹੀਂ ਕਹਿੰਦੇ ਵੀ ਬਣਾ ਕੇ ਵਿਖਾ ਸਕਦਾ ਵੀ ਅਜਮਤ ਸੋਂ ਜਿਮ ਚਾਹੇ ਬਣਾਵੇ ਆਪਣੀ ਸ਼ਕਤੀ ਨਾਲ ਰਾਮ ਰਾਏ ਜੀ ਜੋ ਚਾਹੁਣ ਉਹੀ ਬਣਾ ਦੇਣਗੇ ਵੇਖੋ ਵੀ ਪਹਿਲਾਂ ਨਿਸ ਮੈਂ ਅੱਜ ਭਖਿਅਨ ਕਰ ਲੀਨਾ ਵੀ ਜਿਹੜਾ ਮੈਂ ਬੱਕਰਾ ਭੇਜਿਆ ਸੀ
रात नू राम राय जी दे सिख सेवकां ने खा पी लिया। प्रात होत जीवावन कीना। फिर पहला बकरा जीउंदा कीता जदों सवेर दा समा होया, पता नहीं है भी खादे होए नू फिर किवें उसे तरह ओही बकरा ओही निशानी उहनू जीउंदा करके विखा दिता। अब हे कूप अंबार बैठे हो ऐसे। ते फिर कहिंदे भी ओह तों बाद जहरीली पिशाक भेजी, उहदा भी असर राम राय दे कुझ नहीं होया। जे असी गऊ का मास जहाँ दे विच होर हुक्का जहा पा के भेजिया भी धर्म भ्रिष्ट कर दईए, तो उस दे नाल भी कहिंदे कोई उन्हां नूं फर्क नहीं पिया, फुल जे बना के विखा दित्ते उह मास दे। तो फिर हुण आ खूह दे उत्ते बिठाया भी इहदे विच डिग के मर जाणगे, तां खूह दे उत्ते भी इस तरह आ करके औरंगजेब कहिंदा बैठ गए ने राम राय जी। चल भयो पृथ्वी पर जैसे। जिवें कोई पृथ्वी दे धरती ते अचल हो करके अड़ोल हो करके बैठदा, इदां खूह दे विचकार चौंकड़ा मारिया है। चतर घटी बैठियो तह रहे। इस तरह औरंगजेब बाबा राम राय जी नूं वेख के यही व्यंता बणाउंदा भी इन्हां नूं रखीए कोल, इन्हां वर्गा कोई नहीं मिलना करामाती। चार घड़ियां तीकर पौने क दो घंटिया का समा बाबा राम राय जी बादशाही सभा विच बैठे रहे। जो बुझियो सो उत्तर कहियो। जेड़ी भी गल बादशाह ने पुछी हाजर जवाब उसे वेले तुरंत ओदा उत्तर कहा, मौके दे जवाब दिता जेहो जिहा बादशाह ने वचन किया। दवैखी जर बर होए शार। औरंगजेब तो सुन सुन के राम राय जी की ऐसी बेबागता दे हैरान हो रहा खुश हो रहा, पर जेड़े होर काजी मुलाने सन दवैशी जेड़े गुरु घर के द्रोही ने वह सड़ बल रहे ने, वह वेख रहे ने भी बादशाह का रुख होंदा जा रहा राम राय वाल, बादशाह दे राम राय वाल अपना प्रेम जिहा विखाउण लग पिया, वह जल बल गए सड़ गए सुआह हो गए। नहर के मत मंद गवार। मंदी मत वाले खुश नहीं होए भी वेखो राम राय किड्डा शक्तियां वाला है, ये वेख करके खुश होने की थान दे सगों सड़दे बलदे ने भी एडिया करामातां वाला मुसलमान क्यों नहीं है। सभा जीत अजमत के साथ। अपनी शक्ति दे नाल सभा जीत करके सभा नूं हैरान करके राम राय जी ने विस्मावन कर दिल्ली नाथ। दिल्ली दे बादशाह औरंगजेब नूं हैरान करके विस्माद विच लिया के सहज सुभाईक उठ कर आए। सहज सुभाई फिर दो घड़ी चार घड़ियां समा बतीत करके उठ करके सहजे सहजे जिथे अपना इन्हों का आसन है मजनू का टिला उस पासे नूं आ गए। अपने थान सुहाए। अपने डेरे ते अपने पड़ा ते सोभनी को करके बैठ गए सुख नाल। जिस दिन कहिंदे भी ये राम राय जी खूह ते बैठे ने उदण दा जिहड़ा रोज का खर्चा दिंदे सन ना राम राय नूं औरंगजेब दे शाही खजाने चो आउंदा सी, क्योंकि इन्हां ने आप सद्या सी ते जिहड़े नाल घोड़ सवार कोई सिख जो भी फिर संगत भी दिल्ली दी आउंदी है महाराज गुरु हर साहिब दा पुत्तर जाण के लंगर चलदे ने मजनू टिले अस्थान ते, उत्थे संगतां दी रस्त बस्त सिख सेवकां दा खर्चा ये बादशाह चुकदा सी सारा। ते उस दिन तो कहिंदे भी बहुत ज़्यादा रोजाना कर दिता, उस समय का 13,000 रुपया राम राय जी नूं नेती खजाने चो देण दा हुकम दे दिता बादशाह ने। इस तरह बहुत ही धन नित पहुँचाउंदे हन 13,000 शाही खजाने दे विचों राम राय जी दे कोल नेती एक सेवक दूत जांदा बादशाह दा ते भेटा दे के आंदा भी ये खर्चो दे नाल अपना सारा कार विहार करो। सारे दिल्ली दे विच बहुत ज्यादा कीर्ति वड्याई राम राय जी दी फैल गई। जिथे किथे भी सिख सेवक दिल्ली दे लोग भावे होर मुसलमाना जो भी ने वो जिथे किथे मिलते बस राम राय जी दी बातां गल्लां करदे हन। कहिंदे वेखो भी गुरु हर साहिब दे वड्डे पुत्तर बाबा राम राय जी आए ने, औरंगजेब बादशाह ने उन्हां नूं बुलाया सी। ओ गल्लां बातां सारे ही जिहड़ियां होईयां सन फैल गईयां। वो कहिंदे सुणिया भी एक बकरा पहिलां उन्हां दे सेवकां ने खा लिया सी,
उन्हें फिर खाधे हुए जींदा कर दिता, फिर जहरीली पोशाक भेजी सी वो असर नहीं कोई होया राम राय जी ते, मास भेजा सी ओदे उन्होंने फुल बना के बखा दिते। हजे कल दी गल है भी बादशाह ने खूह दे चादरां विछा करके ओदे बैठन वास्ते राम राय नूं कहा, इस पर बैठे रहे सुखाए। उत्ते भी राम राय खूह दे विचकार चादर ते सौखे ही बैठे रहे, उन्हां नूं कोई फर्क ही नहीं पिया, वो डिगे ही नहीं, कोई शरीर का नुकसान ही नहीं होया। इस तरह दिल्ली के लोग भी आपस में मिल मिल के गल्लां करदे सिफत करदे हन। दर्शन कहो आवत सब को, हर कोई जिन्हों पता लगता है राम राय जी बारे वो कहिंदे किथे रहिंदे, वो बार मजनू दे टिले ते उस वेले चल के दर्शन की भावना दर्शना की भावना नाल दर्शन करने वास्ते आउंदे हन राम राय जी पास। निव निव के मथा टेक दे पिटावा अगे रखते हन, सुन सुन नार पहुंचे उसलावत, सुन सुन के बड़ी काली नाल जिन्हों भी राम राय जी बारे पता लगता भी करामाती ने दर्शन करन काली नाल पहुंचते हन। सतगुर सतको दर्शन पावत, गुरु हरि साहिब जी दे वड्डे पुत्र दे दर्शन करते हन। कोई बस्तर चंगे चंगे भेट करता है, कोई धन लैके आता है, कोई गहने आदक, इस तरह बहुत ही कोई शाहूकार बड़े ने दिल्ली दे, बहुता धन अर्पण करते हैं। बड़े हित दे नाल बड़ा प्रेम दे समेत प्रेम करके राम राय जी नूं सब कुछ अर्पदे हन आके। दे फिर पसरे उस जस सगलपुर बीच, सारे दिल्ली शहर दे विच राम राय जी का सुजस श्रेष्ठ जस, जस श्रेष्ठ हो हुंदा है भी एक तां किसे दे मूँह ते करना उहदा खुशामद हुंदी, जिहड़ा मगरों भी करे वह जस हुंदा, ते राम राय जी दे मगरों सब सिफतां ही करदे हन। आए आए बट बट पड़ी भीड़ होए लोकन केरी, ते दर्शन करे ऊंच अर नीच, भावें कोई उच्चा है भावें कोई नीवा है, सारे आके राम राय जी दे दर्शन कर दे, किसे नूं रोक टोक नहीं है। बड़ी भीर होए लोकन के, बहुत वड्डी भीर राम राय जी दे डेरे दे सिख सेवकां दी लग गई दर्शन करन आलियां दी। बंदन करे चाह सो हेरी, ते बड़ी चाह दे नाल बड़े उत्साह दे नाल आके दर्शन कर दे वेख दे ते मत्था टेक दे हन। इस प्रकार राम राय जी दिल्ली दे विच ही कहिंदे भी समां बतीत करन लग पए। सिख संगत दर्शन अनुरागी, सिख संगत भी बड़े प्रेम नाल आके दर्शन करदी है भी गुरु हरि साहिब दे पुत्र ने सतगुरु महाराज दे कोलों वरोस आए होए हन, ये भावना दे नाल प्रेम नाल दर्शन करदे ने। नौरंग शाही जबै बुलवावे, उधर औरंगजेब बादशाह जदों कदों राम राय जी नूं बुलाउंदा है कोई उहनां नाल सवाल जवाब करन हित, बैठ पालकी अंतर आवै, सोहणी पालकी साहिब विच बैठ के ते अंतर अंदर शहर दे विच बादशाह दी कचहरी सभा विच आउंदे ने। हरखत करै परस परबात, ते आपस विच जदों वचन बिलास चलदे है ते बहुत हसदे ने, बादशाह भी खुश हुंदा है राम राय जी भी खुश हुंदे ने। कितक देर टिक डेरे जात, ते कुछ कु समा फिर उत्थे ठहर के वापस राम राय जी अपने डेरे आ जांदे हन। एक दिवस अंतर चल गयो, कहिंदे एक दिन दी गल है भी राम राय जी चल के बादशाह दी सभा कचहरी विच गए शहर अंदर, वचन बिलास अदक ही पायो, ते आपस विच बहुत ही गल्लां बातां होईयां, बड़ा कुछ बादशाह ने पुछया, बड़िया गल्लां दे उत्तर राम राय जी ने दिते। देश ने एक मक्के तो हाजी, उस समय बादशाह नूं पता लगा भी कोई मक्के शहर दे विच काबे दी हज करके हाजी आया है। आयो पुर सुद्दीन सकाजी, हां जिहड़ा शाही काजी सी उहने दस्सिया भी बादशाह सलामत एक शहर दे विचों हाजी आया, हाजी साहिब संगत उहनूं कहिंदे ने मुसलमान, जिहड़ा अपने जीवन दे विच भावें एक बार होवे भावें कई बार जिहड़ा मक्के शहर दे विच काबे मंदिर दे दर्शन करके आउंदा उहदी यात्रा करके आवे उहनूं कहिंदे भी इह हाजी है, उहनूं बड़ा चंगा इस्लाम विच मन्निया जांदा, ते उहदे आए दी हर कोई उहदे
दर्शन दारे करन दी भावना रखदा भी जदों कोई हाजी आवे भी उहदे असीं दर्शन करिए, जदों कोई हाजी आवे भी उहनूं मिलिए। जिवें अपने कोई हजूर साहिब जां होर स्थानां दे सिख जांदा है ना, ते उत्थे जदों जांदे आ आउंदे ने कोई प्रसाद लैण दी भावना हुंदी जानकारां नूं भी सानूं भी उस स्थान दा प्रसाद मिले, जिहदा पता होवे भी जाणा है उहदे कोलों अरदासां बेनतियां करके माया जां होर वस्तुआं भेजदे ने। इसे प्रकार मुसलमान जिहड़े हन जिहड़ा मक्के दी जिहड़ा काबे दी यात्रा करके आवे उस हाजी नूं बहुता चंगा समझदे ने। ते औरंगजेब बादशाह नूं शाही काजी ने आ करके जानकारी दित्ती भी हे बादशाह सलामत, अपने दिल्ली शहर दे विच एक मक्के काबे दी यात्रा करके हाजी आया है। अपने तब निकट बुलावा। ते जदों बादशाह नूं पता लगा भी मक्के काबे दी यात्रा करन वाला हाजी दिल्ली विच आया, ਉਹਨੂੰ ਮਿਲ ਲਈ ਉਹਦੇ ਦਰਸ਼ਨ ਕਰਨ ਦੇ ਲਈ ਝੱਟ ਹੀ ਬਾਦਸ਼ਾਹ ਨੇ ਆਪਣੇ ਕੋਲ ਬੁਲਾ ਲਿਆ। ਤੇ ਜਦੋਂ ਉਹਨੂੰ ਪਤਾ ਲੱਗਾ ਵੀ ਬਾਦਸ਼ਾਹ ਮੈਨੂੰ ਮਿਲਣਾ ਚਾਹੁੰਦਾ ਹੈ, ਤੇ ਕੁਝ ਉਹ ਫਲ ਮਿਲਦੇ ਸਨ ਮੱਕੇ ਚੋਂ ਕਾਬੇ ਚੋਂ, ਇੱਥੇ ਤਾਂ ਲਿਖਿਆ ਨਹੀਂ ਕਿਹੜੇ ਫਲ ਹੈ, ਤੇ ਉਹ ਹੋਰ ਕਿਸੇ ਗ੍ਰੰਥ ਦੇ ਵਿੱਚ ਮਹਿਮਾ ਪ੍ਰਕਾਸ਼ ਲਿਖਿਆ ਵੀ ਇੱਕ ਵੱਖਰੀ ਹੋਈ ਕਿਸਮ ਦੇ ਬੇਰ ਜਿਹਦੇ ਫਲ ਹੁੰਦੇ ਵੀ ਜਿਹੜੇ ਹੋਰ ਕਦੇ ਉਹ ਪ੍ਰਾਪਤ ਨਹੀਂ ਸੀ ਹੁੰਦੇ, ਕੇਵਲ ਮੱਕੇ ਸ਼ਹਿਰ 'ਚ ਕਾਬੇ 'ਚ ਪ੍ਰਾਪਤ ਹੁੰਦੇ ਸਨ। ਅਤੇ ਉਹ ਹਾਜੀ ਕੁਝ ਫਲ ਲੈ ਕੇ ਆਇਆ ਸੀ। ਅਤੇ ਜਦੋਂ ਆਇਆ ਬਾਦਸ਼ਾਹ ਦੇ ਕੋਲ, ਬਾਦਸ਼ਾਹ ਨੇ ਸਾਰੀ ਸੁੱਧ ਪੁੱਛੀ ਵੀ ਕਿਵੇਂ ਹੈ ਮੱਕਾ ਸ਼ਹਿਰ, ਕਿਵੇਂ ਹੈ ਕਾਬਾ ਮੰਦਰ, ਸਾਰੀ ਖਬਰ ਸਾਰ ਚੰਗੀ ਤਰ੍ਹਾਂ ਜਾਣ ਕੇ। ਅਤੇ ਫਲਨ ਸਰਾਹਤ ਭਾਹਿਤ ਬਾਂਛੇ, ਫਿਰ ਕਹਿਣ ਲੱਗਾ ਵੀ ਉੱਥੋਂ ਦੇ ਤਾਂ ਫਲ ਬੜੇ ਰਸਦਾਇਕ ਬੜੇ ਮਿੱਠੇ ਹੁੰਦੇ ਨੇ। ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਸਲਾਉਣ ਲੱਗ ਪਿਆ ਅਤੇ ਆਪਣੇ ਖਾਣ ਵਾਸਤੇ ਹਿੱਤ ਕਰਕੇ ਮੰਗੇ ਨੇ ਉਸ ਹਾਜੀ ਕੋਲੋਂ ਵੀ ਮੇਰੇ ਲਈ ਵੀ ਲਿਆਇਆ ਕੋਈ ਪ੍ਰਸ਼ਾਦ ਜਾਂ ਨਹੀਂ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਜਿਹੜਾ ਹਾਜੀ ਆਇਆ ਏ, ਹਾਜੀ ਦੇ ਕੋਲੋਂ ਔਰੰਗਜ਼ੇਬ ਬਾਦਸ਼ਾਹ ਨੇ ਫਲ ਲੈ ਲਏ ਅਤੇ ਫਲ ਲੈ ਕੇ ਅਤੇ ਨਾਲ ਹੀ ਰਾਮ ਰਾਏ ਜੀ ਨੂੰ ਵੇਖ ਕਰਕੇ ਕਹਿਣ ਲੱਗੇ, ਵੇਖੋ ਜੀ ਰਾਮ ਰਾਏ ਜੀ ਆ ਜਿਹੜਾ ਹਾਜੀ ਲੈ ਕੇ ਆਇਆ ਨਾ ਯਾਤਰਾ ਕਰਕੇ, ਜੋ ਹੱਜ ਕਰਕੇ ਮੱਕੇ ਕਾਬੇ ਦੀ ਆ ਫਲ ਜੋ ਲਿਆਇਆ, ਇਹਨਾਂ ਫਲਾਂ ਵਰਗੇ ਫਲ ਹੋਰ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦੇ। ਤੇ ਪਹਿਲਾਂ ਫਲਾਂ ਦੀ ਸਿਫਤ ਕਰਤੀ ਔਰੰਗਜ਼ੇਬ ਨੇ, ਫਿਰ ਕਹਿੰਦਾ ਰਾਮ ਰਾਏ ਜੀ ਜੇ ਤੁਹਾਡੀ ਵੀ ਆ ਫਲ ਜੇ ਲਿਆਉਣ ਦੀ ਇੱਛਾ ਹੋਵੇ ਵੀ ਤੁਸੀਂ ਜਾ ਸਕਦੇ ਹੋ ਉੱਥੇ ਮੱਕੇ ਸ਼ਹਿਰ 'ਚ, ਤੁਸੀਂ ਕਾਬੇ ਮੰਦਰ 'ਚ ਪਹੁੰਚ ਸਕਦੇ, ਹੈਗੀ ਤੁਹਾਡੇ ਦੇ ਇੰਨੀ ਸ਼ਕਤੀ ਜਾਂ ਨਹੀਂ ਹੈਗੀ? ਹਾਂ, ਬਾਕੀ ਬਿਨਾਂ ਪਹੁੰਚੇ ਤੋਂ ਇਹੋ ਜਿਹਾ ਫਲ ਕਿਵੇਂ ਖਾ ਸਕਦੇ, ਤੁਸੀਂ ਤਾਂ ਨਹੀਂ ਆਪਣੇ ਜੀਵਨ 'ਚ ਕਦੀ ਖਾਧਾ ਹੋਣਾ। ਬਾਦਸ਼ਾਹ ਕਹਿੰਦਾ ਇਹੋ ਜਿਹਾ ਫਲ, ਫਲ ਵੀ ਤਾਂ ਹੀ ਖਾਓ ਜੇ ਮੱਕੇ ਜਾ ਸਕਦੇ ਹੋ, ਕਿਉਂਕਿ ਮੱਕੇ ਕਾਬੇ ਜਾਣ ਤੋਂ ਬਗੈਰ ਇਹੋ ਜਿਹੇ ਬਹੁਤ ਸਵਾਦਲੇ ਰਸਦਾਇਕ ਫਲ ਕਦੇ ਉਹ ਪ੍ਰਾਪਤ ਨਹੀਂ ਹੁੰਦੇ ਹੋਰ ਥਾਵਾਂ। ਫਿਰ ਔਰੰਗਜ਼ੇਬ ਕਹਿੰਦਾ ਉੱਥੇ ਸਾਡੇ ਪੈਗੰਬਰ ਮੁਹੰਮਦ ਸਾਹਿਬ ਹੋਰ ਉਹਨਾਂ ਦੀ ਬਹੁਤ ਹੀ ਸ਼ਕਤੀ ਵਰਤਦੀ ਹੈ, ਪਹੁੰਚ ਸਕੇ ਨਾ ਉਸ ਥਾਂ ਤੇ, ਕਹਿੰਦੇ ਕੋਈ ਹਿੰਦੂ ਕੋਈ ਅਨਮਤੀਆ ਨਹੀਂ ਪਹੁੰਚ ਸਕਦਾ। ਜਿਸ ਮੱਕੇ ਸ਼ਹਿਰ ਦੇ ਫਲ ਬੜੇ ਮਿੱਠੇ ਨੇ, ਜਿਸ ਮੱਕੇ ਸ਼ਹਿਰ ਦੇ ਫਲਾਂ ਦਾ ਬਹੁਤਾ ਹੀ ਸਵਾਦ ਹੈ, ਬਾਦਸ਼ਾਹ ਕਹਿੰਦਾ ਸਾਰੀ ਧਰਤੀ 'ਚ ਮੱਕੇ ਸ਼ਹਿਰ ਦੇ ਫਲਾਂ ਵਰਗੇ ਫਲ ਕਿਤੇ ਨਹੀਂ, ਮੈਂ ਬਾਦਸ਼ਾਹ ਹਾਂ, ਸਭ ਥਾਵਾਂ 'ਤੇ ਭਾਲ ਕੇ ਵੇਖਿਆ ਵੀ ਕਿਤੇ ਹੋਰ ਵੀ ਹੋਣ, ਪਰ ਨਹੀਂ ਮੈਨੂੰ ਉਹੋ ਜਿਹਾ ਸਵਾਦ ਦਾ ਰਸਦਾਇਕ ਫਲ ਨਹੀਂ ਪ੍ਰਾਪਤ ਹੋਇਆ ਰਾਮ ਰਾਏ ਜੀ, ਜਿਹੋ ਜਿਹਾ ਫਲ ਮੱਕੇ ਸ਼ਹਿਰ 'ਚੋਂ ਕਾਬੇ ਵਾਲੇ ਸਥਾਨ ਤੋਂ ਮਿਲਦਾ ਹੈ ਪ੍ਰਸ਼ਾਦ ਰੂਪ ਦੇ ਵਿੱਚ। ਤੇ ਇਸ ਕਰਕੇ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਵੀ ਤੁਸੀਂ ਨਹੀਂ ਉੱਥੇ ਉਹ ਲਿਆ ਸਕਦੇ ਫਲ ਜਿਹੜੇ ਨੇ, ਤੁਸੀਂ ਇਹ ਰਸਦਾਇਕ ਫਲ ਨਹੀਂ ਖਾ ਸਕਦੇ, ਕਿਉਂਕਿ ਉੱਥੇ ਸਾਡੇ ਪੈਗੰਬਰ ਦੀ ਬੜੀ ਸ਼ਕਤੀ ਹੈ, ਅਤੇ ਪੈਗੰਬਰ ਦੀ ਜਿਹੜੀ ਸ਼ਕਤੀ ਵਰਤਣ ਕਰਕੇ ਉੱਥੇ ਕੋਈ ਅਨਮਤੀਆ ਕੋਈ ਹਿੰਦੂ ਮੱਕੇ ਸ਼ਹਿਰ ਦੇ ਵਿੱਚ
काबे दे वेच पहुंच ही नहीं सकदा। ते जेकर तहां रसीद तुम्हारी, बादशाह कहिंदा राम राय जी जे तुहाडी रसीद है, रसीद दा अर्थ हुंदा पहुंच, भी जे तुहाडी भी पहुंच हैगी है मक्के जान जोगी, ये तुसी किते काबे तिकर पहुंच सकदे हो। नहीं अटको किसते बल भारी, जे तुहाडे च बहुता भारी बल है करा माता ने भी तुहानू कोई अटकावे, क्योंकि पहली गल ते साडे उत्थे मुहम्मद साहिब दी है पैगंबर दी शक्ति वरतदी है, कोई हिंदू प्रवेश ही नहीं कर सकदा, कोई सिख अनमतिया उत्थे जा ही नहीं सकदा। पर जे तुहाडे च राम राय जी शक्ति है मक्के काबे पहुंचण दी, भी तुहानू कोई अटका ना सके, तां फिर कहिंदे भी मैं वेखना चाहुंदा, मंगाओ तुसीं फल, मैं वेखदा भी किड्डी क शक्ति है, किन्नी क करामात है, भी मक्के दे फल जिहड़े आ हुण मेरे कोल हाजी लै के आया, ਤੁਸੀਂ ਵੀ ਆਪਣੀ ਸ਼ਕਤੀ ਨਾਲ ਉਹ ਮੰਗਾ ਕੇ ਵਿਖਾਓ ਮੈਨੂੰ। ਹਾਂ ਮੈਨੂੰ ਫਿਰ ਪ੍ਰਤੀਤ ਭਰੋਸਾ ਜਿਹਾ ਆ ਜਾਊਗਾ ਵੀ ਵਾਕਿਆ ਵੀ ਤੁਸੀਂ ਬੜੀ ਤਾਕਤ ਦੇ ਮਾਲਕ ਹੋ। ਅਭੈ ਦਿਖਰਾਵੋ, ਹੁਣੇ ਇੱਥੇ ਬੈਠੇ ਆ, ਮੈਨੂੰ ਮੱਕੇ ਕਾਬੇ ਦੇ ਫਲ ਵਿਖਾਉਣਾ ਕਰੋ। ਪੈਗੰਬਰ ਜੇ ਮਨ ਆਣ, ਜੇ ਸਾਡਾ ਪੈਗੰਬਰ ਆਣ ਮੰਨ ਗਿਆ, ਭਾਵ ਕਿ ਪੈਗੰਬਰ ਸਾਡੇ ਨੇ ਤੁਹਾਨੂੰ ਕੁਝ ਨਾ ਕਿਹਾ, ਤੁਹਾਡੇ ਸ਼ਕਤੀ ਦੇ ਪ੍ਰਤਾਪ ਨੂੰ ਵੇਖ ਕਰਕੇ ਸਾਡੇ ਪੈਗੰਬਰ ਨੇ ਵੀ ਤੁਹਾਨੂੰ ਰੋਕ ਟੋਕ ਨਾ ਕੀਤੀ ਮੱਕੇ ਕਾਬੇ ਜਾਣ ਤੋਂ, ਤਾਂ ਹੀ ਤੁਹਾਡੇ ਹੱਥਾਂ ਜੋ ਮੱਕੇ ਕਾਬੇ ਦੇ ਫਲ ਪ੍ਰਾਪਤ ਹੋ ਸਕਦੇ ਆ। ਨਸਾ ਜੇ ਤੁਸੀਂ ਰਾਮ ਰਾਏ ਜੀ ਸ਼ਕਤੀ ਨਾ ਰੱਖਦੇ ਹੋਏ, ਸਾਡੇ ਪੈਗੰਬਰ ਦੀ ਕਰਾਮਾਤ ਐਸੀ ਆ, ਤੁਹਾਨੂੰ ਉਹਨਾਂ ਮੱਕੇ ਸ਼ਹਿਰ 'ਚ ਨਹੀਂ ਪ੍ਰਵੇਸ਼ ਹੋਣ ਦੇਣਾ। ਹਾਂ ਗੁਰੂ ਹਰਿ ਸਾਹਿਬ ਦੇ ਪੁੱਤਰ ਰਾਮ ਰਾਏ ਜੀ ਬਾਦਸ਼ਾਹ ਦੀ ਗੱਲ ਸੁਣ ਕੇ ਕਹਿਣ ਲੱਗੇ, ਨਾਨਕ ਭੇ ਜਗ ਬਖਿਆ, ਕਹਿੰਦੇ ਬਾਦਸ਼ਾਹ ਜੀ ਸਾਡੇ ਵੱਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਸ਼੍ਰੋਮਣੀ ਪਾਤਸ਼ਾਹ ਸਾਰੇ ਹੀ ਜਗਤ ਵਿੱਚ ਬਖਿਆਤ ਹੋਏ, ਪ੍ਰਗਟ ਹੋਏ ਨੇ, ਕੋਈ ਲੁਕੇ ਛੁਪੇ ਦੇ ਨਹੀਂ ਕਿਸੇ ਤੋਂ। ਉਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਤਾਂ ਗਏ ਹੀ ਨੇ, ਦੋ ਸੇਵਕ ਭਾਈ ਬਾਲਾ ਦੇ ਮਰਦਾਨਾ ਉਹਨਾਂ ਨੂੰ ਵੀ ਨਾਲ ਆਪਣੇ ਲੈ ਕੇ ਸਥਲ ਪਹੁੰਚ ਪੋ ਕੀ, ਤੇ ਜਿਹੜਾ ਮੱਕਾ ਸ਼ਹਿਰ ਹੈ ਤੇ ਉੱਥੇ ਕਾਬਾ ਮੰਦਿਰ ਹੈ, ਸਤਿਗੁਰੂ ਦੇ ਆਪਣੇ ਦੋ ਸੇਵਕਾਂ ਦੇ ਸਹਿਤ ਉੱਥੇ ਪਹੁੰਚ ਗਏ ਸਨ। ਫਿਰ ਜਿਹੜੀ ਕਰਾਮਾਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਾਬੇ ਮੰਦਿਰ ਦੇ ਵਿੱਚ ਵਿਖਾਈ ਜਾ ਕੇ, ਉਹ ਵੀ ਗੱਲ ਕਿਸੇ ਕੋਲ ਲੁਕੀ ਛੁਪੀ ਥੋੜਾ, ਸਾਰੇ ਹੀ ਜਗ ਦੇ ਵਿੱਚ ਇਹ ਗੱਲ ਪ੍ਰਗਟ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕਾਬੇ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਸਨ, ਕਾਬੇ ਮੰਦਿਰ ਨੂੰ ਸ਼ਹਿਰ ਨੂੰ ਹੀ ਘੁਮਾ ਕੇ ਰੱਖ ਦਿੱਤਾ, ਸ਼ਕਤੀ ਦੇ ਨਾਲ ਉਹਦੇ ਚੱਕਰ ਜੇ ਕੱਢ ਦਿੱਤੇ। ਤੇ ਫਿਰ ਰਾਮ ਰਾਏ ਕਹਿੰਦੇ ਵੀ ਇਹ ਤਾਂ ਕਾਬੇ ਦੀ ਗੱਲ ਕੀ ਹੈ, ਬਾਦਸ਼ਾਹ ਤੋਂ ਵੀ ਔਖੇ ਔਖੇ ਥਾਂ ਸੀ, ਜਿਵੇਂ ਸਿੱਧਾਂ ਦੇ ਕੋਲ ਜਾਣਾ ਜਿੱਥੇ ਪਹੁੰਚਣਾ ਬੜਾ ਮੁਸ਼ਕਲ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਸ਼ਕਤੀ ਦੇ ਕਰਾਮਾਤ ਦੇ ਆਪਣੇ ਤੇਜ ਪ੍ਰਤਾਪ ਦੇ ਬਲ ਦੇ ਨਾਲ ਸਾਰੇ ਅਵਗਾਹੇ ਗਾਹੇ ਭਾਵ ਦੁਨੀਆਂ ਦੇ ਔਖੇ ਤੋਂ ਔਖੇ ਥਾਂ ਜਿੱਥੇ ਕੋਈ ਵੀ ਜਾ ਨਹੀਂ ਸਕਦਾ ਜਿਉਂਦਾ ਮਨੁੱਖ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਦੋ ਸੇਵਕਾਂ ਨੂੰ ਲੈ ਕੇ ਜਾਂਦੇ ਰਹੇ। ਹਮ ਭੀ ਦਾਸ ਹੈ ਤਿਨ ਕੇਰੇ, ਰਾਮ ਰਾਏ ਜੀ ਕਹਿਣ ਲੱਗੇ ਵੀ ਬਾਦਸ਼ਾਹ ਕਿਹੜੀਆਂ ਗੱਲਾਂ ਕਰਦਾ ਵੀ ਮੱਕੇ 'ਚ ਨਹੀਂ ਜਾ ਸਕਦੇ, ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਗਏ ਨੇ ਅਸੀਂ ਵੀ ਤੇ ਉਹਨਾਂ ਦੇ ਹੀ ਦਾਸ ਹਾਂ, ਅਸੀਂ ਵੀ ਤੇ ਉਹਨਾਂ ਦੇ ਹੀ ਸਿੱਖ ਸੇਵਕ ਹਾਂ। ਬਸ ਕਹਿ ਤੂੰ ਬਿਨਾਂ ਦੇਰ ਤੋਂ ਗੁਰੂ ਨਾਨਕ ਸਾਹਿਬ ਦੇ ਪ੍ਰਤਾਪ ਨਾਲ ਤੈਨੂੰ ਹੁਣੇ ਹੀ ਇੱਥੇ ਮੱਕੇ ਕਾਬੇ ਦੇ ਫਲ ਮੰਗਾ ਦਿੰਦੇ ਹਾਂ। ਰੰਗ ਕੇ ਸਾਥ ਇਹਨੂੰ ਕਹਿੰਦੇ ਆ ਹੀ, ਉਹ ਔਰੰਗਜ਼ੇਬ ਬਾਦਸ਼ਾਹ ਨਾਲ ਗੱਲਾਂ ਕਰਦੇ ਹੀ ਔਰੰਗਜ਼ੇਬ ਕਹਿੰਦਾ ਵੀ ਮੰਗਾਓ ਫਿਰ, ਤੇ ਇਸ ਤਰ੍ਹਾਂ ਗੱਲ ਜਦੋਂ ਹਾਲੇ ਰਾਮ ਰਾਏ ਜੀ ਨੇ ਕਈ ਸੁਣੀ ਹੋਈ ਸਹੀ, ਬਹਿਰ ਨਿਕਾਸੇ ਪਟਤੇ ਹਾਥ, ਤੇ ਕੱਪੜੇ ਦੇ ਵਿੱਚ ਹੱਥ ਲਪੇਟੇ ਸਨ, ਰਾਮ ਰਾਏ ਜੀ ਨੇ ਉਹ ਕੱਪੜੇ ਤੋਂ ਹੱਥ ਬਾਹਰ ਕੱਢੇ, ਮੱਕੇ ਕੇ ਤਬ ਦਿਖ ਰਹੇ, ਤੇ ਹੱਥ ਦੀ ਤਲੀ ਤੇ ਰੱਖ ਕੇ ਤੇ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਹੱਥ ਤੇ ਟਿਕਾ ਕੇ ਕਹਿੰਦਾ ਵੀ ਆਹ ਵੇਖ ਬਾਦਸ਼ਾਹ, ਪਛਾਣ ਕਰ ਲੈ ਵੀ ਆਹ ਮੱਕੇ ਦੇ ਹੀ ਫਲ ਹਨ,
इस तरह मक्के काबे दे फल बादशाह नूं विखा दित्ते। जिन्हां नूं तूं बड़े मिठे कहिंदा लै मधुर मिठे ते स्वाद दे शहर तूं मक्के शहर दे फल खाणा कर। जदों औरंगजेब बादशाह ने राम राय जी दे कोलों मक्के दे पिउंदे वक्खरी होई किस्म दे बेर जे फल जे वेखे ते हाथ विच लै करके बड़ा हैरान अचरज होया। प्रथम जो फल सो मिलावन कीने ते जिहड़े पहला उहदे कोल फल सी हाजी जिहड़ा यात्रा करके आया मुसलमान मक्के दी ਉਹ ਜੋ ਪ੍ਰਸ਼ਾਦ ਵਜੋਂ ਦੇ ਗਿਆ ਸੀ ਬਾਦਸ਼ਾਹ ਨੂੰ ਉਹ ਫਲ ਇੱਕ ਹੱਥ ਵਿੱਚ ਲੈ ਕੇ ਰਾਮ ਰਾਏ ਜੀ ਦੁਆਰਾ ਦਿੱਤੇ ਹੋਏ ਫਲ ਇਹਨਾਂ ਦੋਵਾਂ ਨੂੰ ਮਿਲਾ ਕੇ ਵੇਖਦਾ ਵੀ ਇੱਕੋ ਜਿਹੀ ਹੈ ਉਹੀ ਕਿਸਮ ਹੈ ਕੋਈ ਫਰਕ ਤਾਂ ਨਹੀਂ ਹੈ। ਤੇ ਫਿਰ ਨਾਲੇ ਵੇਖਦਾ ਹੈ ਤੇ ਹੈਰਾਨ ਹੋਇਆ ਵੀ ਇਹ ਜਿਹੜੇ ਰਾਮ ਰਾਏ ਜੀ ਨੇ ਫਲ ਦਿੱਤੇ ਹੈ ਇਹ ਤਾਂ ਇਵੇਂ ਹੀ ਲੱਗਦਾ ਵੀ ਜਿਵੇਂ ਬਿਲਕੁਲ ਤਾਜ਼ੇ ਨੇ ਹੁਣੇ ਹੀ ਕਿਸੇ ਨੇ ਰੁੱਖਾਂ ਤੋਂ ਲਾਹ ਕੇ ਤੋੜ ਕੇ ਥੱਲੇ ਰੱਖੇ ਹੋਣ। ਪਰ ਜਿਹੜਾ ਹਾਜੀ ਲੈ ਕੇ ਆਇਆ ਏ ਉਹਦੇ ਨਾਲ ਜਦੋਂ ਫਲ ਮਿਲਾਏ ਵੀ ਰਾਮ ਰਾਏ ਜੀ ਵੱਲੋਂ ਦਿੱਤੇ ਫਲ ਬਿਲਕੁਲ ਤਰੋ ਤਾਜ਼ਾ ਨੇ। ਹਾਜੀ ਕਈ ਦਿਨ ਲਾਹ ਵਿੱਚ ਲਾ ਕੇ ਆਇਆ ਉਹ ਥੋੜੇ ਸੁੱਕੇ ਮੁਰਝਾਏ ਜੇ ਦਿਖੇ ਹਨ। ਬਾਕੀ ਰੰਗ ਵੀ ਇੱਕੋ ਜਿਹਾ ਹੈ ਆਕਾਰ ਵੀ ਇੱਕੋ ਜਿਹਾ ਏ ਸਵਾਦ ਚੱਖ ਕੇ ਵੇਖਿਆ ਸਵਾਦ ਵੀ ਇੱਕੋ ਜਿਹਾ ਆਇਆ ਏ। ਹਾਂ ਰਾਮ ਰਾਏ ਜੀ ਵੱਲੋਂ ਦਿੱਤੇ ਫਲ ਵੇਖ ਵੇਖ ਕੇ ਨਾਲੇ ਬਾਦਸ਼ਾਹ ਕਦੀ ਦੂਜੇ ਦੀ ਜੋ ਹਾਜੀ ਲਿਆ ਉਹ ਫਲ ਦੀ ਡੱਕੀ ਭਰਦਾ ਕਦੀ ਰਾਮ ਰਾਏ ਵਾਲੇ ਜੀ ਦੇ ਫਲ ਦੀ ਨਾਲੇ ਸਵਾਦ ਦੇ ਨਾਲ ਖਾਂਦਾ ਨਾਲੇ ਵੇਖ ਵੇਖ ਹੈਰਾਨ ਹੁੰਦਾ ਵੀ ਵਾਕਿਆ ਹੀ ਇਹ ਤਾਂ ਕੋਈ ਗੱਲ ਇਹਨਾਂ ਦੇ ਅੱਗੇ ਅੜ ਹੀ ਨਹੀਂ ਸਕਦੀ ਰਾਮ ਰਾਏ ਜੀ ਦੇ। ਰਾਮ ਰਾਏ ਜੀ ਵੱਲ ਵੇਖ ਕਰਕੇ ਔਰੰਗਜ਼ੇਬ ਜਿਹੜਾ ਹੈਰਾਨ ਹੋ ਕਰਕੇ ਬਿਲਮ ਨਾ ਲੱਗੀ ਕਰਤ ਹੀ ਬਾਤ ਕਹਿਣ ਲੱਗਾ ਵੀ ਇਹਨਾਂ ਨੂੰ ਇਹ ਗੱਲ ਕਰਦੇ ਹਾਂ ਆਹ ਫਲ ਲਿਆਉਂਦੇ ਹਾਂ ਕੋਈ ਦੇਰ ਵੀ ਨਹੀਂ ਲੱਗੀ ਕਿੱਥੇ ਮੱਕਾ ਕਿੱਥੇ ਕਾਬਾ ਤੇ ਦਿੱਲੀ ਸ਼ਹਿਰ ਕਿੱਥੇ ਹੈ ਝੱਟ ਹੀ ਫਲ ਲਿਆ ਕੇ ਵਿਖਾ ਦਿੱਤੇ ਨੇ। ਫਿਰ ਬਾਦਸ਼ਾਹ ਕਹਿੰਦਾ ਵੀ ਆਹ ਸਾਹਮਣੇ ਮੇਰੇ ਸਾਰੀ ਖੇਡ ਵਰਤੀ ਆ ਪ੍ਰਗਟ ਹੀ ਦਿਖ ਰਿਹਾ ਹੈ ਵੀ ਰਾਮ ਰਾਏ ਜੀ ਨੇ ਮੱਕੇ ਦੇ ਫਲ ਲਿਆਉਂਦੇ ਹਨ। ਬਾਦਸ਼ਾਹ ਦੀ ਸਭਾ ਚ ਹੋਰ ਵੀ ਜੋ ਲੋਕ ਬੈਠੇ ਸਨ ਜਿਨ੍ਹਾਂ ਜਿਨ੍ਹਾਂ ਵੇਖਿਆ ਸਭ ਦੀ ਮੱਤ ਹੀ ਹਾਰ ਗਈ। ਮੱਤ ਹਾਰਨਾ ਇਹ ਹੁੰਦਾ ਵੀ ਸਮਝ ਹੀ ਨਹੀਂ ਲੱਗਦੀ ਵੀ ਇਹ ਕਰਦੇ ਕਿਵੇਂ ਹਨ ਸਭ ਕੁਝ। ਤੇ ਅਖੀਰ ਬਹੁਤਿਆਂ ਨੇ ਤੇ ਸ਼ਰਧਾ ਹੀ ਰੱਖ ਲਈ ਰਾਮ ਰਾਏ ਜੀ ਤੇ ਵੀ ਇਹ ਬੜੇ ਸ਼ਕਤੀਆਂ ਦੇ ਮਾਲਕ ਨੇ ਵੀ ਇਹਨਾਂ ਅੱਗੇ ਸਾਡਾ ਨਹੀਂ ਜ਼ੋਰ ਚੱਲ ਸਕਦਾ। ਪਰ ਕੁਝ ਜਿਹੜੇ ਰਖਾਲੂ ਨੇ ਉਹ ਸ਼ਰਮਿੰਦੇ ਹੋ ਰਹੇ ਹਨ ਈਰਖਾ ਦੀ ਅੱਗ ਚ ਸੜਦੇ ਨੇ ਵਾਰ ਵਾਰ ਸ਼ਰਮਿੰਦੇ ਹੁੰਦੇ ਨੇ ਵੀ ਰਾਮ ਰਾਏ ਦੀ ਤਾਂ ਚੜ੍ਹਦੀ ਕਲਾ ਹੁੰਦੀ ਹੈ ਹਾਨੀ ਕੋਈ ਹੋ ਹੀ ਨਹੀਂ ਰਹੀ। ਦੁੱਖ ਪਾਵਤ ਕਛ ਬਸ ਨਾ ਬਸਾਵੇ ਰਾਮ ਰਾਏ ਜੀ ਦੀਆਂ ਕਰਾਮਾਤਾਂ ਵੇਖ ਕਰਕੇ ਬੜਿਆਈਆਂ ਵੇਖ ਕੇ ਦੁਖੀ ਹੁੰਦੇ ਨੇ ਕਾਜੀ ਮੁਲਾਣੇ ਪਰ ਕੋਈ ਵਸ ਨਹੀਂ ਚੱਲਦਾ ਵੀ ਕਿਵੇਂ ਕੀ ਕਰੀਏ ਹੁਣ ਨਾ ਤਾਂ ਰਾਮ ਰਾਏ ਤੇ ਕੋਈ ਛਲ ਕਪਟ ਚੱਲਦਾ ਏ। ਇਸ ਤਰ੍ਹਾਂ ਇਹ ਨਿਰਾਲੀ ਹੀ ਸ਼ਕਤੀ ਵਿਖਾ ਕਰਕੇ ਸਹੀ ਜੇ ਸਹੀ ਜੇ ਚੱਲ ਕੇ ਆਪਣੇ ਡੇਰੇ ਵਿੱਚ ਰਾਮ ਰਾਏ ਜੀ ਆਣ ਕੇ ਸੋਭਨੀਕ ਹੋ ਕੇ ਬਿਰਾਜਮਾਨ ਹੋਏ। ਦਿੱਲੀ ਦੇ ਲੋਕਾਂ ਨੂੰ ਵੀ ਗੱਲ ਪਤਾ ਲੱਗੀ ਵੀ ਮੱਕੇ ਦੇ ਫਲ ਲਿਆਉਂਦੇ ਸੀ ਅੱਜ ਰਾਮ ਰਾਏ ਜੀ ਨੇ ਬਾਦਸ਼ਾਹ ਨੇ ਖਾਧੇ ਸੁਣ ਸੁਣ ਕੇ ਸਾਰੇ ਲੋਕ ਹੈਰਾਨ ਹੋ ਗਏ। ਤੇ ਰਾਮ ਰਾਏ ਜੀ ਦੇ ਬਹੁਤੇ ਗੁਣਾਂ ਨੂੰ ਯਾਦ ਕਰ ਕਰਕੇ ਗੁਣ ਗਾ ਗਾ ਕੇ ਬਹੁਤੇ ਲੋਕ ਸ਼ਰਧਾਲੂ ਪ੍ਰੇਮੀ ਬਣਦੇ ਜਾ ਰਹੇ ਹਨ। ਇਸ ਤਰ੍ਹਾਂ ਗੁਰੂ ਹਰਿ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਤੁਰਕਾਂ ਦੀ ਸਭਾ ਦੇ ਵਿੱਚ ਤੁਰਕਾਂ ਨੂੰ ਸਾਰ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਕੌਤਕ ਵਿਖਾ ਵਿਖਾ ਕਰਕੇ ਤੇ ਸ਼ਰਮਿੰਦਿਆ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਤਾਪ ਵਧਾ ਰਹੇ ਨੇ। ਪਾਵਨ ਤਿਉਹਾਰ ਦੀ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਮਹਾਰਾਜ ਸਾਹਿਬ ਸੰਗਤ ਬਖਸ਼ਣ ਹਰ ਬਖਸ਼ ਲੈਣਾ। ਇਸ ਪ੍ਰਕਾਰ ਅਜਮਤ ਦੇਖ ਰਾਏ ਪੁਨ ਡੇਰੇ ਮਹਿਆਨ ਸੁਹਾਏ ਬਿਸਮਤ ਪੁਰ ਕੇ ਨਰ ਸੁਣ ਸੁਣ ਕੈ ਸ਼ਰਧਾਲੂ ਹੋਏ ਵੱਡ ਗੁਣ ਗੁਣ ਕੈ ਵਾਹਿ
ਸ਼ਬਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧ ਕੋਬ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰੇ ਉਤਾਰ ਨਹਾਰ ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰੇ ਉਤਾਰ ਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।